ਇੱਕ ਬੜਾ ਜਾਨਵਰ ਰੱਖਿਆ ਹੋਇਆ। ਉਹ ਇੰਨਾ ਜਾਨਵਰ ਸੀ ਕਿ ਉਸਨੇ ਰਾਜ ਗੱਡੀ ਘਟਾਉਣ ਵਾਸਤੇ ਆਪਣੇ ਪਿਤਾ ਸ਼ਾਹਜਹਾਨ ਨੂੰ ਕਹਿ ਦਿੱਤਾ ਪਿਆ। ਉਸਨੇ ਆਪਣੇ ਵੱਡੇ ਭਰਾ ਦਾ ਕਦਰ ਕਰਵਾਤਾ, ਆਪਣੇ ਪਤੀ ਜੀ ਨੂੰ ਜੇਲ੍ਹ ਵਿੱਚ ਬੰਦ ਕਰਤਾ। ਕਹਿਣ ਤੋਂ ਭਾਵ ਕਿ ਉਸਨੇ ਬਹੁਤ ਜ਼ੁਲਮ ਕੀਤਾ, ਉਸਨੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਅਨੇਕਾਂ ਯਤਨ ਕੀਤੇ, ਉਸਨੇ ਹਿੰਦੂਆਂ ਨੂੰ ਖਤਮ ਕਰਨ ਲਈ ਬਹੁਤ ਯਤਨ ਕੀਤੇ ਤੇ ਅੰਤ ਵਿੱਚ ਜਦੋਂ ਉਸਦੀ ਮੌਤ ਹੋਣ ਲੱਗੀ ਨਾ, ਉਹ ਆਪਣੀ ਇੱਕ ਵਸੀਅਤ ਲੈਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਜੀ ਆਪਣੇ ਆਪਾਂ ਸਾਰੇ ਹੀ ਸਰਦਾਰ ਸੁਖਸੈਨ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਹਾਂ। ਜੋ ਕੁਝ ਪਹਿਲਾਂ ਸਾਨੂੰ ਸਾਧਨ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਯਾਦ ਆ ਗਏ ਨੇ, ਇਹ ਦੁਨੀਆਂ ਦੇ ਉੱਤੇ ਜੋ ਵੀ ਅਨਸਾਨ ਹੁੰਦਾ ਹੈ ਇਹ ਘੜੀ ਸੰਸਾਰ ਨੂੰ ਅਲਵਿਦਾ ਕਹਿ ਕੇ ਤੇ ਵਾਪਸ ਪਰਮਾਤਮਾ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਚੜੇ ਜਾਣਾ। ਜਦੋਂ ਤੋਂ ਪਹਿਲਾਂ ਜਿੱਥੇ ਸਾਡੇ ਸਾਥੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ, ਉੱਥੇ ਸਰਦਾਰ ਮੁੰਡਾ ਸਿੰਘ ਦੇ ਪਿਤਾ ਜੀ ਪਿਛੋਕੜ ਵਾਲੇ ਬੜੇ ਵਿਸਾਰ ਨਾਲ ਵੀ ਦੱਸਿਆ, ਔਰ ਸਰਦਾਰ ਮੁੰਡਾ ਸਿੰਘ ਦੇ ਪਾਤਸ਼ਾਹ ਦੀ ਵਫ਼ਾਦਾਰੀ ਬਾਰੇ ਵੀਰ ਗਗਨਦੀਪ ਸਿੰਘ ਜੱਜ ਨੇ ਉਹ ਵੀ ਦੱਸਿਆ ਕਿ ਕਿਵੇਂ ਕਿ ਦਰਬਾਰ ਜ਼ਿੰਦਗੀ ਭਰ ਦੀਆਂ ਕੀਤੀਆਂ ਕਾਰਨਾਮਾ ਦਾ ਬਹੁਤ ਵੱਡਾ ਪਟਾਰ ਅਜੀਤ ਸਿੰਘ ਜੀ ਮਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾ ਪ੍ਰਸ਼ਾਦੀ ਦੇ ਮੰਤਰੀ ਜੀ ਸਾਜੀ ਕੋ ਵਾਹਿਗੁਰੂ 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 ਸੁਖੀ ਆਵੇ ਸੁਖੀ ਆਵੇ ਕਾ ਸੰਤਾ ਸਭ ਸੁਖ ਹੋ ਜਾਵੇ। ਖਾਲਸਾ ਜੀ ਸਾਹਿਬ ਕਾ ਕਾ ਰਿਸ਼ਤਾ ਰਾਏ ਦੁਰ ਦੁਰ ਕਤੋ ਦੇ ਜੀ ਤਾਜ ਪੰਥ ਕੋ ਜੀ ਤਾ ਸੁਖੀ ਸਾਹਿਬ ਜੀ ਸਹਾਰੇ ਵਾਹਿਗੁਰੂ ਜੀ ਕੋ ਰੋੜ ਜਾਵੇ ਗੁਰੂ ਜੀ ਸੁਖਾਂ ਨੂੰ ਸੁਖੀ ਜਾਣ ਦੇ ਸਤਾਨ ਰਹਿ ਤਾਂ ਗੁਰੂ ਦਾ ਨਾਮ ਦਾ ਨੂੰ ਸਹਾ ਜਾਣ ਪ੍ਰੋ ਸਹਾ ਜਾਣ ਦਾਨਾ ਸਰਦਾਰ ਸ੍ਰੀ ਅੰਮ੍ਰਿਤ ਸਰਸਾ ਜੀ ਦੇ ਦਰਸ਼ਨ ਸਮਾਨ ਸਿੰਘਾਂ ਨੇ ਕੰਮ ਨਿਰਵਾਹ ਵਾਸਤੇ ਬੇਅੰਤ ਮਾਇਆ ਹਾਜ਼ਰ ਜਿਹਨਾਂ ਖਜ਼ਾਨਿਆਂ ਵਿੱਚੋਂ ਮਾਇਆ ਵਰਤੀਆਂ
ਖਜ਼ਾਨੇ ਉੱਪਰ ਭੋਗ ਕਰਨੇ ਚੜ੍ਹਦੀਆਂ ਤੈਅ ਕਰਨੀਆਂ ਆਯੂ ਸੰਗਤੀ ਹਾਜ਼ਰੀ ਦਰ ਤੋਂ ਪ੍ਰਵਾਨ ਕਰਨ ਤਰਫੋਂ ਭੋਗਾ ਪ੍ਰਵਾਨ ਕਰਨੇ ਚੱਲੇ ਹੋਏ ਕਦਮ ਦੇਖੇ ਵਿਚਲਾਰੇ ਮਾਰੇ ਸੱਤੂ ਪਾਤਸ਼ਾਹ ਵਿਛੜੀ ਹੋਈ ਜੀਵ ਆਤਮਾ ਦੇ ਨਿਵਿਰਤ ਮਾਰਾ ਸਭਾ ਕੀਤੀਆਂ ਮਾਰਾ ਸੱਤੂ ਪਾਤਸ਼ਾਹ ਵੀ ਉਹਨਾਂ ਦਾ ਭਲਾ ਦੇਸ ਜੀਵ ਆਤਮਾ ਨੂੰ ਮਹਾਰਾਜ ਬਖਸ਼ਿਸ਼ ਕਰਾਉਣਾ ਮਹਾਰਾਜ ਪਰਿਵਾਰ ਦੀਆਂ ਪਿੱਛੇ ਚੜ੍ਹਦੀਆਂ ਕਲਾ ਕਰਨੀਆਂ ਮਹਾਰਾਜ ਜੀਵ ਆਤਮਾ ਨੂੰ ਆਪਣੇ ਚਰਨਾਂ ਵਿੱਚ ਵਿਲਾਸ ਦੇਣਾ ਆਈ ਹੋਈ ਸੰਗਤ ਨੂੰ ਰਾਜ ਨੂੰ ਦਰ ਪ੍ਰਵਾਨ ਕਰਨੀ ਤਿਲਗੁਣ ਏਕਾ ਪ੍ਰਵਾਨ ਕਰਨੀਆਂ ਮਹਾਰਾਜ ਸਰਬੱਤ ਦੀਆਂ ਹਾਜ਼ਰੀਆਂ ਲੈਣੀਆਂ ਆਪਣੇ ਦਰੋਂ ਦਰੋਂ ਨਾਮਦਾਰ ਦੀਆਂ ਦਾਤਾਂ ਕੋਸ਼ਿਸ਼ ਕਰਨੀ ਆਪ ਦੀਆਂ ਦਰਸ਼ੀਆਂ ਹੋਈਆਂ ਦਾਤਾਂ ਵਿੱਚ ਪੰਚਾ ਅਮਿਤ ਬਰਾ ਪ੍ਰਸ਼ਾਦ ਜੀ ਦੇਸ ਜਾ ਕੇ ਵਾਹਿਗੁਰ ਮਹਾਰਾਜ ਸਤੂ ਪਾਤਸ਼ਾਹ ਜੀ ਆਪ ਕੋ ਲਾਓ ਭੋਗ ਲੱਗਿਆ ਪ੍ਰਸਾਦ ਸਾਸਨ ਗੁਰ ਦੌੜ ਦੀ ਆਗਿਆ ਕੋਸ਼ਿਸ਼ ਕਰੋ ਮਹਾਰਾਜ ਪਰਮਾਤਮਾ ਹੁਕਮ ਕਰਾਵੇ ਬਖਸ਼ਿਸ਼ ਕਰੋ ਹੁਕਮ ਨਾਲੇ ਤੋਂ ਚਲੇ ਸਮਰੱਥਾ ਬਖਸ਼ੋ ਸਹੀ ਪਿਆਰਿਆਂ ਨੂੰ ਵੇ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਛੁੱਟਿਆ ਵੇ ਰਾਮ ਨਾਮ ਚੜ੍ਹਦੀ ਕਲਾ ਤੇਰੇ ਭਾਏ ਸਰਬੰਤ ਤੋਹਰਾ ਆ ਗਿਆ ਭਾਈ
Thank you.
Thank you.
नारद जी से
धन धन
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੁੰਡਾ ਸਾਹਿਬ ਵਿਖੇ ਜਗਦੀ ਜੋਤ ਜੁਗ ਯੁਗ ਤੰਗ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਅਰਦਾਸ ਬੇਨਤੀ ਰਾਣਾ ਰੋ ਨਾ ਕੋਰ ਹੈ ਰਾਮ ਬਿਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਰਾਮ ਦੇ ਧੀਰ ਮਰਕਲ ਮੌਤ ਜਾਇਆ ਵਸੀ ਸਾਹ ਦਰਵਾਜੇ ਭਾਨਾ ਇਹਨਾਂ ਮਾਂ ਬਾਪਾਂ ਦੇ ਅਨੁਸਾਰ ਸਤਿਗੁਰੂ ਜੀ ਆਪ ਜੀ ਦੇ ਦਰਬਾਰ ਦੇ ਪ੍ਰੀਤਵਾਨ ਸਰਦਾਰ ਸੁਖਜੈ ਸਿੰਘ ਜੀ ਬਾਹਰ ਰਹਿੰਦਾ ਉਹਦੇ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਲੋਕ ਤੋਂ ਪਰਲੋਕ ਗਮਨ ਕਰ ਕੇ ਉਹਨਾਂ ਦਿਨ ਵਿੱਚ ਉਹਨਾਂ ਦਾ ਸਾਰਾ ਪਰਿਵਾਰ ਸਰਦਾਰ ਬੂਟਾ ਸਿੰਘ ਜੀ ਸਰਦਰ ਪ੍ਰਧਾਨ ਯੂਥ ਅਕਾਲੀ ਦਲ ਸਰਦਾਰ ਸਕੱਤਰ ਸਿੰਘ ਜੀ ਬਾਲ ਕਨੇਡਾ ਸਮੂਹ ਪਰਿਵਾਰ ਨੇ ਆਪਣੀ ਕਹਿ ਲਿਖੇ ਸਤਿਗੁਰੂ ਜੀ ਪਾਸੋਂ ਵਾਲੇ ਰੋਈ ਤੋਂ ਰਬੀ ਬਾਣੀ ਵਾਹਿ ਬਾਣੀ ਭਗਤੀ ਬਾਣੀ ਦੇ ਮਹਾਨ ਸ੍ਰੀ ਖੰਡਪੁਰ ਸਾਹਿਬ ਜਿਹੜਾ ਕੰਮ ਕਰਵਾਏ ਸੀ ਉਹ ਸਾਹਿਬ ਜੀ ਮਹਾਰਾਜ ਆਪ ਜੀ ਦੀ ਸਰਦਾਰ ਸੁਖਜੈ ਸਿੰਘ ਜੀ ਦੇ ਬਾਬੇ ਵਿੱਚ ਰਬੀ ਬਾਣੀ ਲਾਹੀ ਬਾਣੀ ਦੇ ਮਹਾਨ ਕੀਰਤਨ ਹੋਏ ਆ ਸਾਹਿਬ ਜੀ ਬਾਣੀ ਬੜੀ ਸੁਣੀ ਬਾਣੀ ਬੜੀ ਸੁਣੀ ਦਾਰੀਆਂ ਸੰਤਾਂ ਦੇ ਇਹ ਗਿਆਨ ਗੁਰਸਾਣੀ ਦਾਰੋਂ ਘਰੋਂ ਨਾਨਕੀਆਂ ਦਾਤਾਂ ਨੂੰ ਸਿੱਖੀ ਦੁਆਰਾ ਜੀ ਨੂੰ ਰੱਖਣਾ ਗਾਦੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਹੁੰਦਾ ਬਲ ਬਖਸ਼ਣਾ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਪੰਜ ਗ੍ਰਾਂਤ ਸ਼ਾਦੀ ਦੇ ਰੂਪ ਜੀ ਦੇ ਪਰਿਵਾਰ ਵੱਲੋਂ ਸ਼ਿਵੇ ਸਤਿਗੁਰੂ ਮੇਰੀ ਪੀਰੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਪੱਕੇ ਦੀ ਸੇਵਾ ਕੀਤੀ ਇਹਨਾਂ ਖਜ਼ਾਨਿਆਂ ਚੋਂ ਆਇਆ ਰੱਖੀ ਖਜ਼ਾਨੇ ਗੁਰਪੁਰਬਾਂ ਨੇ ਕਰਨੀਆਂ ਕਲਾ ਕਰਨੀਆਂ ਤੈ ਭੋਗ ਬੇ ਧਾਸ ਸੰਤਾਂ ਦਾ ਪ੍ਰਵਾਨ ਕਰਨਾ ਉਹ ਜੀਗੀ ਅਰਦਾਸ ਅੱਖਰ ਵਾਦਾ ਘਟਾ ਬਹੁਤ ਚੁੱਕਵਾ ਕਰਨਾ ਸੰਤਾਂ ਜਨਮ ਮਰਨ ਨਿਵਾਰੋ
मुक्त पाए साल संग जाए चरण कमल ਨੌਜਵਾਨ ਮਾਸਰਾ ਰਿਸ਼ਤਾ ਭਰ ਜਾਂਦਾ ਸਾਹ ਸਾਹਿਬ
ਚੰਗਾ ਜੀ ਜੇ ਆਪਾਂ ਗੱਲ ਕਰੀਏ 2002 ਤੋਂ ਲੈ ਕੇ 5 ਤੱਕ ਪ੍ਰਧਾਨ ਬੁੱਢਾ ਸਿੰਘ ਜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਰਹੇ ਆ ਬਲੇ ਲਾਲ ਚੜ੍ਹਾ ਰਹੇ ਆ ਸਾਧ ਸੰਗਤ ਦੀ ਪਾਰਟੀਆਂ ਦੇ ਵਿੱਚ ਆ ਇਹ ਉਹ ਗੱਲ ਵੇਖਣ ਵਾਲੀ ਹੈ ਹੁਣ ਬਹੁਤ ਹੀ ਸਤਿਕਾਰਯੋਗ ਆ ਜਿੱਥੇ ਸਰਦਾਰ ਸੁਖਜੈਨ ਸਿੰਘ ਜੀ ਬਾਦਲ ਪਰਿਵਾਰ ਦੇ ਮਿੱਤਰ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਪਤਵੰਬੇ ਸੱਜਣ ਮਾਤਾਵਾਂ ਭੈਣਾਂ ਪਹੁੰਚੀਆਂ ਸਾਧ ਸੰਗਤ ਜੀ ਉੱਥੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਾਧ ਸੰਗਤ ਜੀ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਬਾ ਬਟਾਲਾ ਸਾਹਿਬ ਤੋਂ ਜਾਤ ਸਾਹਿਬ ਜੀ ਜਹੇਦਾਰ ਮਨਕੀਤ ਸਿੰਘ ਜੀ ਏ ਆਰ ਸਾਹਿਬ ਜਿਨ੍ਹਾਂ ਦਾ ਬਹੁਤ ਪਿਆਰ ਹੈ ਸਰਦਾਰ ਬੁੱਢਾ ਸਿੰਘ ਜੀ ਦੇ ਨਾਲ ਉਹ ਪਹੁੰਚੇ ਹੈ ਹਲਕਾ ਜੰਡਿਆਲਾ ਗੁਰੂ ਤੋਂ ਸਾਬਕਾ ਵਿਧਾਇਕ ਤੇ ਬਾਬਾ ਬਟਾਲਾ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਬਲਜੀਤ ਸਿੰਘ ਜੀ ਜਲਾਲ ਸੁਣਾ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦੀ ਸਾਰੀ ਦੌਰ ਤੇ ਹੈ ਜਹੇਦਾਰ ਗਗਨਜੀਤ ਸਿੰਘ ਜੀ ਜੱਜ ਸੀਨੀਅਰ ਕੌਮੀ ਟੀਮ ਪ੍ਰਧਾਨ ਜੂਥ ਵੇਂਗੜੇ ਜਿਨ੍ਹਾਂ ਦਾ ਬਹੁਤ ਪਿਆਰ ਹੈ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਇਹਨਾਂ ਸਾਰਿਆਂ ਦਾ ਜੋ ਪਰਿਵਾਰ ਵੱਲੋਂ ਧੰਨਵਾਦ ਹੈ ਜਿਨ੍ਹਾਂ ਦੇ ਵਿੱਚ ਸਰਦਾਰ ਊਧਮ ਸਿੰਘ ਜੀ ਪੁੰਨੀ ਮੈਂਬਰ ਵਰਕ ਕਮੇਟੀ ਮੈਂਬਰ ਡਾਕਟਰ ਗੁਰਦੇਵ ਸਿੰਘ ਜੀ ਪ੍ਰਧਾਨ ਯੂਥ ਵਿੰਗ ਅਕਾਲੀ ਦਲ ਬਟਾਲਾ ਸਰਕਾਰ ਜਹੇਦਾਰ ਗੁਰਮੀਤ ਸਿੰਘ ਜੀ ਧਿਆਨ ਗੋ ਸਲਾਹਕਾਰ ਜੱਜ ਸਾਹਿਬ ਧਿਆਨੀ ਰਵੀਆ ਜੀ ਕਰਮਜੀਤ ਸਿੰਘ ਜੀ ਕੰਗ ਸੇਰੋ ਤੋਂ ਬਾਬਾ ਸੱਜਣ ਸਿੰਘ ਜੀ ਦੋਬੇ ਨਗਰ ਤੋਂ ਭਾਈ ਗੁਰ ਸਾਹਿਬ ਸਿੰਘ ਜੀ ਹਰਜੀਤ ਸਿੰਘ ਗੁਰਦੁਆਰਾ ਪੰਗਾ ਸਾਹਿਬ ਤੋਂ ਗੁਰਿੰਦਰ ਸਿੰਘ ਜੀ ਰਈਆ ਪ੍ਰਧਾਨ ਗੱਲਾ ਸਿੰਘ ਜੀ ਛਾਪਿਆਂਵਾਲ ਜਹੇਦਾਰ ਜੀਤ ਸਿੰਘ ਜੀ ਧਿਆਨ ਯਸਵਰਕਾਰ ਪ੍ਰਧਾਨ ਗੁਰੂ ਸਿੰਘ ਜੀ ਖੱਤੀਆਂ ਸਰਪੰਚ ਬਲਜੀਤ ਸਿੰਘ ਭੱਗੀ ਸਰਦਾਰ ਮਹਿੰਦਰ ਸਿੰਘ ਜੀ ਕਾਲੇ ਰਈਏ ਸ਼ਹਿਰੀ ਦੇ ਪ੍ਰਧਾਨ ਸੁਰਜੀਤ ਸਿੰਘ ਜੀ ਉਹ ਆਪ ਤੇ ਪਹੁੰਚੇ ਨੇ ਉਹਨਾਂ ਦੇ ਬੇਟੇ ਜੀ ਪਹੁੰਚੇ ਹੈ ਜਹੇਦਾਰ ਮਹਿੰਦਰ ਸਿੰਘ ਜੀ ਛਾਪਿਆਂਵਾਲ ਜਿਨ੍ਹਾਂ ਦਾ ਬਹੁਤ ਪਿਆਰ ਬੁੱਢਾ ਸਿੰਘ ਨਾਲ ਫੁੱਟਰ ਜੀ ਨੇ ਬੁੱਢਾ ਸਿੰਘ ਦੇ ਇੰਸਪੈਕਟਰ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਧਾਨ ਗੁਰਦੁਆਰਾ ਸਿੰਘ ਜੀ ਗੁਰਦੁਆਰਾ ਬੁੱਢਾ ਸਾਹਿਬ ਤੋਂ ਪ੍ਰਧਾਨ ਸਰਦਾਰ ਤਰਜੀਤ ਸਿੰਘ ਜੀ ਬਾਲਾ ਸਥਿਆਰੇ ਤੋਂ ਕਾਂਗਰਸ ਪਾਰਟੀ ਦੇ ਸ੍ਰੀ ਆਗੂ ਸਰਦਾਰ ਰਣਜੀਤ ਸਿੰਘ ਜੀ ਮੰਨੀ ਪ੍ਰਧਾਨ ਗੁਰਜੀਤ ਸਿੰਘ ਜੀ ਨੰਬਰਦਾਰ ਬਾਬਾ ਨਰਿੰਦਰ ਸਿੰਘ ਜੀ ਅਸ਼ੋਕ ਸਿੰਘ ਜੀ ਨੰਬਰਦਾਰ ਨਿਰਮਲ ਸਿੰਘ ਜੀ ਸਰਪੰਚ ਜਲਾਲਪੁਰ ਸੇਰੋ ਪ੍ਰਧਾਨ ਮਾਤਰ ਮੱਖਣ ਸਿੰਘ ਜੀ ਬਾਲ ਇੰਸਪੈਕਟਰ ਸਰਬਜੀਤ ਸਿੰਘ ਜੀ ਨੰਬਰਦਾਰ ਸਰਬਜੀਤ ਸਿੰਘ ਜੀ ਮੈਡਮ ਗੁਰਨਾਮ ਕੌਰ ਜੀ ਸਮਾਜ ਸੇਵਕਾ ਮਾਸਟਰ ਨਿਰਮਲ ਸਿੰਘ ਜੀ ਚੀਮਾ ਸਰਦਾਰ ਭਗਵੇ ਸਿੰਘ ਮੱਖੂ ਠੇਕੇਦਾਰ ਪ੍ਰਦੀਪ ਸਿੰਘ ਭੱਦੀ ਸਰਦਾਰ ਗੁਰਮੈਲ ਸਿੰਘ ਜੀ ਜੱਦੂਵਾਲ ਹੈੱਡ ਗ੍ਰੰਥੀ ਗਿਆਨੀ ਸੁਖਨਾਮ ਸਿੰਘ ਜੀ ਸਿਕੰਦਰ ਸਿੰਘ ਜੀ ਬੱਲ ਲੈਨਮੈਨ ਬਿਜਲੀ ਘਰ ਦੇ ਇੰਚਾਰਜ ਸਥਿਆਲੇ ਤੋਂ ਸਰਦਾਰ ਰਣਜੀਤ ਸਿੰਘ ਜੀ ਫੌਜੀ ਥੋੜ੍ਹੇ ਨਾਮ ਮੁੜ ਕੇ ਆਪਾਂ ਗੁਰਦਰਾਜ ਭੁੱਲਣੇ ਆ ਗੁਰਪ੍ਰੀਤ ਸਿੰਘ ਜੀ ਪੱਗੀ ਪ੍ਰਧਾਨ ਤੇ ਭਾਰਤ ਨਗਰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਸਥਿਆਲਾ ਸੂਬੇਦਾਰ ਨਰਿੰਦਰ ਸਿੰਘ ਜੀ ਗਿਆਨੀ ਬੁੱਟਾ ਸਿੰਘ ਜੀ ਹੱਡ ਗ੍ਰੰਥੀ ਨਾਨਕ ਸਾਹਿਬ ਤੋਂ ਸਰਪੰਚ ਕਾਰ ਸਿੰਘ ਜੀ ਖਾਸੀ ਤੋਂ ਸਰਪੰਚ ਕਾਰ ਸਿੰਘ ਖਾਣੇਦਾਰ ਦਜਿੰਦਰ ਸਿੰਘ ਕਮੋਂਗੇ ਸਰਪੰਚ ਸੰਤੋਖ ਸਿੰਘ ਬਟਾਲਾ ਸਰਪੰਚ ਯਾਦਵਿੰਦਰ ਸਿੰਘ ਬਟਾਲਾ ਮਾਸਟਰ ਗੁਰਮੀਤ ਸਿੰਘ ਜੀ ਗੁਰਮੇਲ ਸਿੰਘ ਜੀ ਡਾਕਟਰ ਨਿਰਮਲ ਸਿੰਘ ਜੀ ਸਾਰੇ ਮੈਂਬਰ ਪੰਚਾਇਤ ਪ੍ਰਭਾਤ ਸਿੰਘ ਜੀ ਬਾਰੀਆ ਸਿਕੰਦਰ ਸਿੰਘ ਜੀ ਗਾਜੀਵਾਲ ਤੋਂ ਪੇਸ਼ਰ ਗੁਰਦੀਪ ਸਿੰਘ ਜੀ ਪੱਗੀ ਪ੍ਰਧਾਨ ਕਲੱਬ ਵਾਲੇ ਡਾਕਟਰ ਰਣਜੀਤ ਸਿੰਘ ਜੀ ਡਾਕਟਰ ਰਾਜਕੋਰ ਸਿੰਘ ਜੀ ਅਵਤਾਪ ਸਿੰਘ ਜੀ ਜਰਨੈਲ ਸਿੰਘ ਜੀ ਖਾਲਸਾ ਅਜੀਤ ਸਿੰਘ ਜੀ ਨੰਬਰ ਗੁਰਦਿਆਲ ਸਿੰਘ ਜੀ ਸਾਬਕਾ ਮੈਂਬਰ ਅਜੀਤ ਸਿੰਘ ਜੀ ਮਾਤਾ ਅਜੀਤ ਸਿੰਘ ਜੀ ਸਰਬਜੀਤ ਸਿੰਘ ਜੀ ਜੋ ਸਾਬਕਾ ਮੈਂਬਰ ਦੇਵ ਸਿੰਘ ਜੀ ਸਾਬਕਾ ਮੈਂਬਰ ਵਿਜੇ ਸਿੰਘ ਫੌਜੀ ਦਿਆਲ ਸਿੰਘ ਸ਼ਾਮ ਵਿਜੇ ਸਿੰਘ ਖਾਨਪੁਰ ਡਾਕਟਰ ਗੁਰਦੇਵ ਸਿੰਘ ਬਾਗ ਸੂਬੇਦਾਰ ਮੋਹਨ ਸਿੰਘ ਜੀ ਜਹੇਦਾਰ ਮੱਖਣ ਸਿੰਘ ਜੀ ਅਵਤਾਰ ਸਿੰਘ ਜੀ ਸੇਵਾ ਸਿੰਘ ਜੀ ਪ੍ਰਭਜੀਤ ਸਿੰਘ ਜੀ ਹਵਦਾਰ ਹਰਜਿੰਦਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਗਿਰੇ ਵਾਲੇ ਹਾਕੀ ਸਠਿਆਲਾ ਸਰਬਜੀਤ ਸਿੰਘ ਜੀ ਸੁੱਖਾ ਰਾਤੀਆ ਡਾਕਟਰ ਭੁਪਿੰਦਰ ਸਿੰਘ ਜੀ ਪ੍ਰਧਾਨ ਐਸ ਸੀ ਲਿੰਗ ਕੇਵਲ ਸਿੰਘ ਠੇਕੇਦਾਰ ਪਿਆਰਾ ਸਿੰਘ ਖਰਬਿਆਂ ਦੇ ਪਰਿਵਾਰ ਤੋਂ ਸੁਖਿੰਦਰ ਸਿੰਘ ਬੱਕੂ ਗੜੇ ਬਾਬਾ ਕਸ਼ਮੀਰ ਸਿੰਘ ਮਿਆਲ ਸਿੰਘ ਰਣਜੀਤ ਸਿੰਘ ਸੂਬੇਦਾਰ ਰਣਜੀਤ ਸਿੰਘ ਜੀ ਭਾਜੀ ਬਹੁਤ ਸਤਿਕਾਰਯੋਗ ਪੱਤਰਕਾਰ ਜਗੀਰ ਸਿੰਘ ਜੀ ਸਫਰੀ ਬਲਵਿੰਦਰ ਸਿੰਘ ਜੀ ਖਬਰ ਜਗਪਾਲ ਸੁੱਚਾ ਸਿੰਘ ਜੀ ਭੁਮਾ ਸਤਨਾਮ ਸਿੰਘ ਜੀ ਪੱਤਰਕਾਰ ਮੁਕਾਲਿਓ ਸਾਰੇ ਸਤਿਕਾਰਯੋਗ ਮੈਂ ਬੇਨਤੀ ਕਰਾਂਗਾ ਮਲਾਲੇ ਪੁਰੇ ਭੋਲੇ ਦੇਵੀ ਸਰਕਾਰ ਪ੍ਰਧਾਨ ਗੁਰ ਸਿੰਘ ਜੀ ਖਰਚੀਆਂ ਉਹਨਾਂ ਨੂੰ ਬੇਨਤੀ ਹੈ ਇਹ ਜਮਨ ਬਾਤ ਕਰਨ ਵਿਚਾਰ ਜੀ ਜਿਹੜਾ ਕਿ ਅਕਬਰ ਦਾਸ ਦਾ ਸ਼ਬਦ
ਮੇਰੇ ਸਤਿਕਾਰ ਜੋ ਭਰਾ ਤੇ ਮੇਰੇ ਸਤਿਕਾਰ ਜੋ ਭੈਣਾਂ, ਸਭ ਤੋਂ ਪਹਿਲਾਂ ਫਤਿਹ ਸਾਡੀ ਕਰੀ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਹ ਬਾਦਸ਼ਾਹ ਇੱਕ ਬੜਾ ਜਾਗਰੂਕ ਰਾਜਾ ਹੋਇਆ, ਉਹ ਇੰਨਾ ਜਾਗਰੂਕ ਸੀ ਕਿ ਉਸਨੇ ਰਾਜ ਗੱਦੀ ਤੇ ਘਟਾਉਣ ਵਾਸਤੇ ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰ ਲਿਆ। ਉਸਨੇ ਆਪਣੇ ਵੱਡੇ ਭਰਾ ਦਾ ਕਦਰ ਕਰਵਾਤਾ, ਆਪਣੇ ਪਤੀ ਜੀ ਨੂੰ ਜੇਲ੍ਹ ਵਿੱਚ ਬੰਦ ਕਰਤਾ। ਕਹਿਣ ਤੋਂ ਭਾਵ ਕਿ ਉਸਨੇ ਬਹੁਤ ਜ਼ੁਲਮ ਕੀਤਾ, ਉਸਨੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਅਨੇਕਾਂ ਯਤਨ ਕੀਤੇ, ਉਸਨੇ ਹਿੰਦੂਆਂ ਨੂੰ ਖਤਮ ਕਰਨ ਲਈ ਬਹੁਤ ਯਤਨ ਕੀਤੇ, ਤੇ ਅੰਤ ਵਿੱਚ ਜਦੋਂ ਉਸਦੀ ਮੌਤ ਹੋਣ ਲੱਗੀ ਨਾ, ਉਹ ਆਪਣੀ ਇੱਕ ਵਸੀਅਤ ਲੈਂਦਾ ਹੈ। ਉਹ ਵਸੀਅਤ ਵਿੱਚ ਕੀ ਲਿਖਦਾ ਹੈ ਕਿ ਮੈਂ ਵਿਹਲੇ ਟਾਈਮ ਦੇ ਜਿਹੜਾ ਕੰਮ ਕਰਦਾ ਰਿਹਾ, ਉਹ ਟੋਪੀਆਂ ਆਉਂਦਾ ਰਿਹਾ ਵਿਹਲੇ ਟਾਈਮ ਦੇ ਮੁਸਲਮਾਨਾਂ ਦੀਆਂ, ਤੇ ਉਹਨੇ ਉਹ ਟੋਪੀਆਂ ਉਹ ਲੱਗੇ ਉਸ ਟਾਈਮ ਦੇ 2 ਰੁਪਏ 4 ਆਪਣੇ ਕਮਾਈ ਸੀ, ਤੇ ਉਹ ਵਿਹਲੇ ਟਾਈਮ ਦੇ ਕੁਰਾਨ ਦੀਆਂ ਛੋਟੀਆਂ ਪੋਥੀਆਂ ਲੈ ਕੇ ਵੀ ਵੇਚਦਾ ਰਿਹਾ। ਉਹ ਉਸਨੇ ਕੁਰਾਨ ਦੀਆਂ ਪੋਥੀਆਂ ਵੇਚ ਕੇ 305 ਰੁਪਏ ਕਮਾਏ ਸੀ। ਉਹ ਆਪਣੀ ਸਿਹਤ ਵਿੱਚ ਰਹਿੰਦਾ ਹੈ, ਕਹਿੰਦਾ ਕਿ ਮੈਂ ਸਾਰੀ ਉਮਰ ਬਹੁਤ ਜ਼ੁਲਮ ਕੀਤਾ ਹੈ। ਅੰਤ ਵਿੱਚ ਕਹਿੰਦਾ ਜਦੋਂ ਮੇਰੀ ਮੌਤ ਹੋਣ ਲੱਗੀ ਹੈ ਤੇ ਮੈਨੂੰ ਸੋਝੀ ਆ ਚੁੱਕੀ ਹੈ, ਕਹਿੰਦਾ ਜਿਹੜਾ ਮੇਰੇ ਤੇ ਖੱਪੜ ਪਾਇਆ ਜਾਵੇ, ਇਹ ਮੇਰੀ ਨੇਕ ਕਮਾਈ ਦਾ ਪਾਇਆ ਜਾਵੇ, ਕਹਿੰਦਾ ਜਿਹੜੀ ਮੇਰੀ ਬਸਾਂ ਨਾਲ ਦੀ ਕਿਰਤ ਹੈ, ਜਿਹੜੀ ਮੈਂ ਟੋਪੀਆਂ ਵੇਚ ਕੇ 2 ਰੁਪਏ 4 ਆਨੇ ਕਮਾਏ ਨੇ, ਇਸਦਾ ਖੱਪਾ ਮੇਰੇ ਤੇ ਮੇਰੇ ਸਰੀਰ ਤੇ ਪਾਇਆ ਜਾਵੇ, ਮੇਰੇ ਸਰੀਰ ਤੇ ਕੋਈ ਕੀਮਤੀ ਦਿਸ਼ਾਲੇ ਨਾ ਪਾਏ ਜਾਣ, ਤੇ ਜਿਹੜੀ ਸੰਗਤ ਮੇਰਾ ਅਫਸੋਸ ਕਰਨ ਲੱਗੇ, ਮੇਰੇ ਜਨਾਜ਼ੇ ਵਿੱਚ ਆਵੇ, ਉਸਦਾ ਭੋਜਨ ਸਿਰਫ ਉਹਨਾਂ 305 ਰੁਪਈਆਂ ਦਾ ਛਕਾਇਆ ਜਾਵੇ ਜਿਹੜਾ ਮੈਂ ਕੁਰਾਨ ਸ਼ਰੀਫ ਵੇਚ ਕੇ ਇਕੱਠੇ ਕੀਤੇ ਨੇ। ਕਹਿਣ ਤੋਂ ਭਾਵ ਮੇਰਾ ਇਹ ਦੱਸਣ ਤੋਂ ਭਾਵ ਹੈ ਕਿ ਇਨਸਾਨ ਆਪਣੀ ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਜ਼ੁਲਮ ਕਰ ਲਵੇ, ਨਾਲ ਭੁੱਲ ਨਹੀਂ ਜਾਂਦਾ, ਨਾਲ ਸਿਰਫ ਕਮਾਇਆ ਪਿਆਰ ਜਾਂਦਾ ਹੈ, ਨਾਲ ਖੱਟਿਆ ਜਸ ਜਾਂਦਾ ਹੈ, ਨਾਲ ਕੀਤਾ ਭਜਨ ਜਾਂਦਾ ਹੈ, ਨਾਲ ਵੰਡ ਕੇ ਛੱਡਿਆ ਜਾਂਦਾ ਹੈ। ਇਸ ਕਰਕੇ ਮੈਂ ਕਹਿੰਦਾ ਕਿ ਸਰਦਾਰ ਸੁਖਚੈਨ ਸਿੰਘ ਦੀ ਮੌਤ ਆਪਾਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਕਿ ਇਹਨਾਂ ਸਾਰੀ ਉਮਰ ਨੇਕ ਕਮਾਈ ਕੀਤੀ ਹੈ, ਕਸਾ ਖਾਣ ਦੀ ਕਿਰਤ ਕਮਾਈ ਕੀਤੀ ਹੈ, ਸਾਰਿਆਂ ਨੂੰ ਪਿਆਰ ਕੀਤਾ ਹੈ, ਤੇ ਇਸ ਪਿਆਰ ਦਾ ਨਤੀਜਾ ਤੁਸੀਂ ਅੱਜ ਐਡੀ ਵੱਡੀ ਗਿਣਤੀ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਜੇ। ਸਾਰਿਆਂ ਨੂੰ ਮੌਤ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਕਿਉਂਕਿ ਹਰ ਇੱਕ ਮੌਤ ਕੋਈ ਨਾ ਕੋਈ ਵੈਸਾ ਚ ਕੋਈ ਨਾ ਕੋਈ ਸੁਨੇਹਾ ਛੱਡ ਕੇ ਜਾਂਦੀ ਹੈ। ਅੰਤ ਵਿੱਚ ਮੈਂ ਇਸ ਸਤਿਕਾਰ ਯੋਗ ਸਰਦਾਰ ਸੁਖਚੈਨ ਸਿੰਘ ਦੀ ਵਰਸਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਸਿਰ ਝੁਕਾਉਂਦਾ ਹੈ, ਤੇ ਅਰਦਾਸ ਕਰਦਾ ਕਿ ਇਹ ਪਰਮਾਤਮਾ ਜਿਹੜੀ ਆਤਮਾ ਅੱਜ ਤੋਂ ਕੁਝ ਸਮਾਂ ਪਹਿਲਾਂ ਵਿਛੜ ਕੇ ਇਸ ਸੰਸਾਰ ਵਿੱਚ ਆਈ, ਉਸਨੇ ਇਸ ਸੰਸਾਰ ਵਿੱਚ ਪਿਆਰ ਵੰਡਿਆ ਹੈ, ਖੁਸ਼ੀਆਂ ਵੰਡੀਆਂ ਨੇ, ਖੇੜੇ ਵੰਡੇ ਨੇ, ਅੰਤ ਆਪ ਜੀ ਦੇ ਚਰਨਾਂ ਵਿੱਚ ਵਲੀਨ ਹੋਣ ਵਾਸਤੇ ਆਪ ਜੀ ਪਾਸ ਪਹੁੰਚ ਚੁੱਕੀ ਹੈ। ਇਸ ਨੂੰ ਆਪਣੇ ਚਰਨਾਂ ਵਿੱਚ ਅਭੇਦ ਕਰ ਲੈਣਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਪੈਂਦੇ ਸ਼ਬਦਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਜੀ ਆਪਿਆ ਪਾਤਸ਼ਾਹੀ ਜੀ ਸਰਦਾਰ ਸੁਖਚੈਨ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਆ, ਜੋ ਕੁਝ ਪਹਿਲਾਂ ਸਾਨੂੰ ਸਾਧਨ ਨੂੰ ਦੇਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਯਾਦ ਆਦੇ ਨੇ। ਇਹ ਦੁਨੀਆਂ ਦੇ ਉੱਤੇ ਜੋ ਵੀ ਇਨਸਾਨ ਹੁੰਦਾ, ਜਿੰਨੇ ਸਵਾਸ ਲਗਾ ਕੇ ਆਉਂਦਾ ਆਪਣੇ ਸਵਾਸ ਟੋਕ ਕੇ ਚਲਾ ਜਾਂਦਾ, ਪਰ ਜਿਹੜੇ ਇਨਸਾਨ ਇਹ ਦੁਨੀਆਂ ਦੇ ਉੱਤੇ ਚੰਗੇ ਨੇਕ ਕੰਮ ਕਰਦੇ ਨੇ, ਉਹਨਾਂ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਂਦਾ। ਸਰਦਾਰ ਸੁਖਚੈਨ ਸਿੰਘ ਜੀ ਜਿਨ੍ਹਾਂ ਨੇ ਆਪਣੀ ਡੋਬੀ ਦੌਰਾਨ ਵੀ ਬਹੁਤ ਵਧੀਆ ਨੇਕ ਕਮਾਈ ਕੀਤੀ ਹੈ, ਨਾਲ ਦੀ ਨਾਲ ਉਹਨਾਂ ਨੇ ਸਮਾਜ ਦੀ ਜੋ ਪੰਥ ਦੀ ਸੇਵਾ ਕਰਕੇ ਦਿੱਤੀ ਹੈ, ਉਹਨਾਂ ਨੇ ਇਹ ਸੇਵਾ ਸਦਕਾ ਉਹਨਾਂ ਦੇ ਬੱਚੇ ਵੀ ਵੱਧ ਚੜ ਕੇ ਜੋ ਪਾਰਟੀ ਦੀ ਸੇਵਾ ਕਰ ਰਹੇ ਨੇ। ਸਰਦਾਰ ਬੁੱਢਾ ਸਿੰਘ ਜੀ ਜੋ ਅਕਾਲੀ ਦਲ ਸੰਸਦ ਪੰਜਾਬ ਦੇ ਪ੍ਰਧਾਨ ਨੇ, ਕਾਫੀ ਸਮੇਂ ਤੋਂ 2007 ਤੋਂ ਲੈ ਕੇ ਹੁਣ ਤੱਕ ਬਾਖੂਬੀ ਸੇਵਾ ਦਿਵਾ ਰਹੇ ਨੇ। ਇਹ ਸਾਰਾ ਇਹ ਪਰਿਵਾਰ ਬਹੁਤ ਵਧੀਆ ਨੇਕ ਪਰਿਵਾਰ ਹੈ, ਤੇ ਸਿੱਖੀ ਅਸੂਲਾਂ ਦੇ ਚੱਲਣ ਵਾਲਾ ਪਰਿਵਾਰ ਹੈ। ਅੱਜ ਲੋੜ ਹੈ ਕਿ ਆਪਾਂ ਸਾਰੇ ਸਿੱਖੀ ਅਸੂਲਾਂ ਤੇ ਚੱਲੀਏ। ਅੱਜ ਸਾਡੀ ਜਿਹੜੀ ਨੌਜਵਾਨ ਕੁੜੀ ਹੈ ਉਹ ਸਿੱਖੀ ਅਸੂਲਾਂ ਤੋਂ ਲੰਘ ਜਾ ਰਹੀ ਹੈ, ਸਾਡੇ ਦੇਸ਼ ਦਾ ਭਵਿੱਖ ਜਿਹੜਾ ਹੈ ਉਹ ਤਬਾਹ ਹੁੰਦਾ ਜਾ ਰਿਹਾ ਹੈ। ਅੱਜ ਆਪਣੇ ਸਾਰੇ ਲੋਕਾਂ ਦੇ ਵਿੱਚ ਇੱਕ ਰਾਤ ਦੀ ਦੌੜ ਲੱਗੀ ਹੈ, ਦੁਨੀਆਂ ਦਾ ਹਾਲ ਸਾਨੂੰ ਚਾਹੁੰਦਾ ਕਿ ਮੇਰੇ ਕੋਲ ਸਾਰੀ ਦੁਨੀਆਂ ਦੇ ਤਨ ਦੌਲਤਾਂ ਇਕੱਠੇ ਹੋ ਜਾਣ ਤੇ ਮੈਂ ਸਾਰੀ ਜ਼ਿੰਦਗੀ ਸੁੱਖ ਭੋਗਾਂ। ਸੁੱਖਾਂ ਦੀ ਪ੍ਰਾਪਤੀ ਵਾਸਤੇ ਵੀ ਜਦੋਂ ਆਪਾਂ ਦੁੱਖ ਭੋਗੀ ਜਾਂਦੇ ਹਾਂ, ਕਿਉਂਕਿ ਸਾਡੀਆਂ ਦਾਤਾਵਾਂ ਜਿਹੜੀਆਂ ਵਧੀ ਜਾਂਦੀਆਂ ਨੇ ਤੇ ਸਾਡੇ ਦੁੱਖ ਵਧੀ ਜਾਂਦੇ ਨੇ, ਭਾਵੇਂ ਮਾਇਆ ਵੀ ਵਧੀ ਜਾਂਦੀ ਹੈ ਪਰ ਸਾਡੇ ਦੁੱਖ ਵੀ ਵਧੀ ਜਾਂਦੇ ਨੇ।
ਇਹ ਆਪਾਂ ਨੂੰ ਸੁੱਖ ਦਾ ਮਿਲਦਾ ਜਦੋਂ ਸਾਡੇ ਮਨਾਂ ਦੇ ਵਿੱਚ ਸਬਰ ਸੰਤੋਖ ਟਿਕਾਉ ਆ ਗਿਆ ਕਿ ਇੰਨੀ ਕੁ ਜੋ ਦੁਨਿਆਵੀ ਸੋਤਾ ਇੰਨੀ ਕੁ ਮਾਇਆ ਜਿਹੜੀ ਹੈ ਇਹ ਮੇਰੇ ਜੀਵਨ ਦੇ ਵਿੱਚ ਕਾਫ਼ੀ ਹੈ। ਇਹ ਸਬਰ ਸੰਤੋਖ ਕਦੋਂ ਆਵੇਗਾ? ਜਦੋਂ ਆਪਾਂ ਗੁਰੂ ਨਾਨਕ ਦੇਵ ਜੀ ਦੇ ਤ੍ਰੈਕ ਉੱਤੇ ਦੇਸ਼ ਅਨੁਸਾਰ ਕਿਰਤ ਕਦੋਂ ਵੰਡ ਕੇ ਸਗੋ ਨਾਮ ਜਪੋ ਤੇ ਆਪਾਂ ਧਰਤੀ ਮਾਂਗੇ ਫਿਰ ਸਾਡੇ ਮਨਾਂ ਦੇ ਵਿੱਚ ਸਬਰ ਸੰਤੋਖ ਆਵੇਗਾ ਤੇ ਆਪਾਂ ਨੂੰ ਸੁੱਖ ਮਿਲੇਗਾ। ਇਸ ਕਰਕੇ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਗੁਰੂ ਸਾਹਿਬਾਨਾਂ ਦੇ ਪੂਰੇ ਅੰਤਿਆਂ ਤੇ ਜਾ ਕੇ ਬਾਣੀ ਦੇ ਬਾਣੀ ਨਾਲ ਜੁੜੀਏ। ਅੱਜ ਬਹੁਤ ਸਾਰੇ ਵੀਰ ਕਹਿੰਦੇ ਆ ਕਿ ਅਸੀਂ ਸਾਡਾ ਦਿਲ ਸਾਹਿਬ ਆ ਬਾਣੀ ਦੀ ਗੱਲ ਨਹੀਂ ਅੰਮ੍ਰਿਤ ਛਕਣ ਦੀ ਲੋੜ ਨਹੀਂ। ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਨੇ ਜੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੋਲਾ ਸੌ ਨੜਿਨਵੇਂ ਦੀ ਵਿਸਾਖੀ ਵਾਲੇ ਦਿਨ ਜੋ ਪੰਜ ਪਿਆਰਿਆਂ ਦੀ ਚੋਣ ਕੀਤੀ ਹੈ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਿਆ ਤੇ ਉਹਨਾਂ ਦੇ ਕੋਲ ਆਪ ਆਪ ਜੋੜ ਕੇ ਗੋਡੇ ਟੇਕ ਕੇ ਕਿਹਾ ਭਾਈ ਦਇਆ ਸਿੰਘ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ ਤਾਂ ਉਹ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੇ ਬਾਰੇ ਆਪਾਂ ਕਹਿੰਦੇ ਸਾਡਾ ਮਨ ਸਾਹਿਬ ਆ ਤੇ ਗੁਰੂ ਸਾਹਿਬ ਵਾਲੇ ਦੇ ਮਨ ਦੀ ਗੱਲ ਦਾ ਕੀ ਕਰਾਂਗੇ ਇਹ? ਇਸ ਕਰਕੇ ਵੀਰੋ ਆਪਾਂ ਨੂੰ ਅੰਮ੍ਰਿਤ ਛਕਣ ਦੀ ਲੋੜ ਆ, ਗੁਰੂ ਸਾਹਿਬਾਨਾਂ ਦੇ ਪੂਰਨ ਚੰਨ ਦੀ ਲੋੜ ਆ, ਬਾਣੀ ਦੇ ਬਾਣੀ ਦੇ ਅਨੁਸਾਰ ਚੰਨ ਦੀ ਲੋੜ ਆ। ਤਾਂ ਹੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਲਾਂਭੇ ਜਾ ਰਹੀ ਹੈ, ਪਹਿਲਾਂ ਆਪ ਗੁਰੂ ਸਾਹਿਬਾਨਾਂ ਦੇ ਪੂਰਨ ਚੱਲੀਏ ਤੇ ਬੱਚਿਆਂ ਨੂੰ ਪ੍ਰੇਰਨਾ ਦੇਈਏ। ਇਸ ਕਰਕੇ ਸਾਡਾ ਜਿਹੜਾ ਦੇਸ਼ ਦਾ ਭਵਿੱਖ ਹੈ ਉਹ ਚੰਗੇ ਪਾਸੇ ਜਾ ਸਕੇ। ਮੈਂ ਇਹਨਾਂ ਸ਼ਬਦਾਂ ਦੇ ਨਾਲ ਸਰਦਾਰ ਸਰਸੈਨ ਸਿੰਘ ਜੀ ਨੂੰ ਜੋ ਕਿ ਬਹੁਤ ਵਧੀਆ ਨੇਕ ਪਰਿਵਾਰ ਆ, ਨੇਕ ਅਖਾਨ ਸਨ, ਉਹਨਾਂ ਨੂੰ ਸਰਦਾਰ ਦੇ ਬਲ ਭੇਟ ਕਰਦਾ ਹੋਇਆ ਵਾਹਿਗੁਰੂ ਅਕਾਲ ਪੁਰਖ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਤੇ ਉਹਨਾਂ ਨੂੰ ਆਪਣੇ ਚਰਨਾਂ ਦਾ ਦਰਬਾਰ ਬਖਸ਼ੇ ਤੇ ਪਿੱਛੇ ਸਾਰੇ ਪਰਿਵਾਰ ਨੂੰ ਸਕੇ ਦੇਣ ਨੂੰ ਪਾਲਣ ਦਾ ਦਰਬਾਰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਵਿਸ਼ਨੂੰ ਜੀ ਧਿਆਨ ਹੋਰ ਦੋ ਮਿੰਟ ਬਾਅਦ ਤੇ ਆਪਣੇ ਵਿਚਾਰ ਰੱਖਣਗੇ। ਉਤਰਾਂ ਤੇ ਪ੍ਰਚਾਰ ਕਰਨ ਦਾ ਬਹੁਤ ਜ਼ਿਆਦਾ, ਸਿਰਫ ਦੋ ਮਿੰਟ ਬਾਅਦ ਤੇ ਆਪਣੇ ਵਿਚਾਰ ਰੱਖਣਗੇ। ਬੇਨਤੀ ਕਰਦੇ ਹਾਂ ਬਹੁਤ ਇਸ ਕਿਤਾਬ ਦਿਓ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਸੀਨੀਅਰ ਵੀ ਪ੍ਰਧਾਨ ਜਹਿਦਾ ਗਗਨਜੀਤ ਸਿੰਘ ਜੀ ਜੱਸ ਸਾਹਿਬ, ਉਹ ਸਰਦਾਰ ਸੁਖਜੈਤ ਸਿੰਘ ਬਾਦ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਜੀ। ਗਗਨਜੀਤ ਸਿੰਘ ਜੀ ਕਿਹੜੀ ਕਮੇਟੀ ਦਾ ਵਾ, ਇਹ ਕਾਂਗਰਸੀ ਹੈ, ਇਹ ਅਕਾਲੀ ਆ,
ਇਹਦੇ ਸਮਾਜ ਦੀ ਨਿਰਪੱਖ ਸੇਵਾ ਕੀਤੀ ਹੈ। ਉਹ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਅਗਰ ਸਾਹਿਬ, ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਦੋਂ ਕੁਝ ਇਹ ਸਭਾ ਆਇਆ ਸ਼੍ਰੋਮਣੀ ਅਕਾਲੀ ਦਲ ਦਾ ਪਾਰਟੀ ਦਾ ਹੁਕਮ ਆਇਆ ਕਿ ਤੁਸੀਂ ਇਲਾਕੇ ਦੀ ਜਿਹੜੀ ਆ ਸੇਵਾ ਕਰੋ, ਜਿਹੜੇ ਕੋਈ ਦੁਖੀ ਆ, ਜਿਹੜੇ ਕੋਈ ਆਪਣੇ ਅਹੁਦੇਦਾਰਾਂ ਤੋਂ ਉਮੀਦਵਾਰਾਂ ਤੋਂ ਉਹਨਾਂ ਦੇ ਕੋਲ ਪਹੁੰਚ ਕਰੋ। ਤੇ ਅੱਜ ਮੈਂ ਵੇਖ ਕੇ ਬੜਾ ਹੈਰਾਨ ਹੋਇਆ ਕਿ ਜਦੋਂ ਸਰਦਾਰ ਬਾਦਲ ਦਾ ਸਾਨੂੰ ਸੁਨਾ ਆਇਆ ਜੋ ਸਾਰੀ ਟੀਮ ਬੈਠੀ ਹੈ ਜਿਹੜੀ ਉਹ ਸਾਡੇ ਨਾਲ ਤੁਰੀ ਸੀ, ਕਿਉਂਕਿ ਜਿਹੜੇ ਪਾਰਟੀ ਛੱਡ ਕੇ ਗਏ ਉਹ ਵੀ ਬੜੇ ਜ਼ੋਰ ਵਾਲੇ ਸੀ। ਸਾਹਿਬ ਅਜੀਤ ਸਿੰਘ ਜਲਾਲਸਾ ਬੈਠੇ, ਮਹਾਰਾਜ ਝੂੜੀ ਜੀ ਕੋਈ ਗੱਲ ਗਲਤ ਨਾ ਹੋਵੇ। ਔਰ ਇਸ ਟੀਮ ਨੇ ਬੜੀ ਮਿਹਨਤ ਕੀਤੀ ਹੈ। ਔਰ ਮੇਰਾ ਖਿਆਲ ਸੰਖਿਆਲਾ ਨਾਗਰਾ ਜਿੱਥੋਂ ਮੇਰਾ ਕੋਲ 400 ਕੁਝ ਵੋਟਾਂ ਤੇ ਹਰਿਆਣਪੁਰ ਦੇ ਜਿੱਤੇ ਸਾਰੇ ਅਜੀਤ ਸਿੰਘ ਜਲਾਲਸਾ, ਤੇ ਹੁਣ 400 ਵੋਟ ਦੀ ਲੀਡ ਜਿਹੜੀ ਨਗਰ ਸੰਖਿਆਲੇ ਦੀ ਸੀ, ਉਹ ਸਾਰੀ ਟੀਮ ਦੀ ਮਿਹਨਤ ਸੀ, ਇਸ ਇਲਾਕੇ ਦੀ ਮਿਹਨਤ ਸੀ। ਇਹ ਜਦੋਂ ਇਹਨਾਂ ਨੂੰ ਮਿਲਦੇ ਆ ਤੇ ਖੁਸ਼ੀ ਹੁੰਦੀ ਆ ਕਿ ਜੇ ਹਾਈ ਕਮਾਂਡ ਨੇ ਸਾਡੇ ਤੇ ਵਿਸ਼ਵਾਸ ਕੀਤਾ, ਇਸ ਟੀਮ ਨੇ ਸਾਡੇ ਤੇ ਵਿਸ਼ਵਾਸ ਕੀਤਾ। ਤੇ ਅੱਜ ਤੱਕ ਇਹ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜੁੜੀ ਟੀਮ ਨਹੀਂ ਹੈ, ਇਹ ਉਹ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸੁਨਾਹ ਹੋਇਆ ਉਹ ਉਸ ਵਿਅਕਤੀ ਨਾਲ ਜੁੜੀ ਟੀਮ ਹੈ। ਇਹ ਅਸਾਂ ਵੀ ਇਹਨਾਂ ਦਾ ਸਾਰਿਆਂ ਨਾਲ ਧਿਆਨ ਦੇਣ ਦੀ ਇਹਨਾਂ ਦੀ ਲੋੜ ਹੈ, ਕਿਉਂਕਿ ਬੜੇ ਪਛੜੇ ਨੇ, ਜਿਹੜੇ ਲੋਕ ਪਿੱਛੇ ਰਹਿ ਜਾਂਦੇ ਉਹ ਫਿਰ ਅੱਗੇ ਆ ਜਾਂਦੇ ਆ ਚਾਪਰੂਸੀਆਂ ਕਰਕੇ। ਪਰ ਅੱਜ ਇਹ ਸਾਡਾ ਟੌਪਿਕ ਨਹੀਂ ਹੈ, ਅੱਜ ਸਾਡਾ ਟੌਪਿਕ ਹੈ ਕਿ ਉਹ ਜਿਹੜੇ ਸਾਡੇ ਵਿੱਚੋਂ ਸਾਡੇ ਬਜ਼ੁਰਗ ਚਲੇ ਗਏ ਨੇ, ਜਿੱਥੇ ਸਮਾਜ ਨੂੰ ਉਹਨਾਂ ਨੇ ਜਾਣ ਦਾ ਦੁੱਖ ਆ, ਉੱਥੇ ਸਮਾਜ ਨੂੰ ਵੀ ਦੁੱਖ ਆ। ਕਿਉਂਕਿ ਜਦੋਂ ਕੁੱਟਾ ਹੋਰ ਫੋਨ ਕਰੀਦਾ ਕਿ ਜਦੋਂ ਜੀ ਇੰਨੀ ਗੱਡੀਆਂ ਲੈ ਕੇ ਤੇ ਇੰਨੇ ਬੰਦੇ ਲੈ ਕੇ ਆਜੋ ਫਲਾਣੀ ਥਾਂ ਦੇ, ਇਹ ਚੋੜਾ ਚੁੱਕ ਕੇ ਤੁਰ ਪੈਂਦੇ ਸੀ। ਇਹ ਤਾਂ ਤੁਰ ਪੈਂਦੇ ਕਿ ਪਿੱਛੇ ਸਰਦਾਰ ਸੁਖਚੈਨ ਸਿੰਘ ਮਨ ਬੈਠੇ ਘਰ ਨਾਲ ਲੈ ਕੇ, ਔਰ ਆਣ ਪਤਾ ਸੀ ਕਿ ਜੈਦਾਰ ਜਿਹੜਾ ਵਾ ਬੜਾ ਕੰਗੇ ਸੁਭਾਅ ਦਾ ਵਾ, ਇਸ ਜਿਹੜੀ ਇਹਨੇ ਗੱਲ ਕਰਨੀ ਸਹੀ ਕਰਨੀ ਹੈ, ਕੋਈ ਗਲਤ ਗੱਲ ਨਹੀਂ ਹੋਣੀ। ਤੇ ਬੜੀ ਜੋ ਜੀ ਸੋਚ ਸੀ, ਚੰਗੀ ਸੋਚ ਸੀ ਉਹਦੇ ਕਦੀ ਮੁੰਡਿਆਂ ਨੂੰ ਰੋਕਿਆ ਨਹੀਂ ਕਿ ਤੂੰ ਕਿਹੜੇ ਕੰਮ ਨਹੀਂ ਕਰਦਾ, ਤੁਰਿਆ ਫਿਰਦਾ, ਤੈਨੂੰ ਵੀ ਲੱਭਣਾ। ਸਿਰਫ ਇੱਕ ਸੇਵਾ ਸੀ ਜਿਹੜੀ ਬਜ਼ੁਰਗਾਂ ਨੇ ਜੈਦਾਰ ਜੀਵਨ ਸਿੰਘ ਮਾਣ ਉਹਨਾਂ ਨੇ ਕਮਾਈ ਹੈ, ਔਰ ਸਰਦਾਰ ਮੁੰਡਾ ਸਿੰਘ ਦੇ ਜਿਹੜੇ ਵੀ ਅਕਾਲੀ ਦਲ ਦੇ ਨੁਮਾਇੰਦੇ ਆਏ ਆ, ਜਦੋਂ ਵੀ ਆਰ ਸਾਹਿਬ ਆਏ ਆ, ਸਾਹਿਬ ਅਜੀਤ ਸਿੰਘ ਜਲਾਲਸਾ ਵੀ ਇਲੈਕਸ਼ਨ ਲੜੇ ਆ, ਇਹ ਰਹੇ ਆ ਪਹਿਲੇ ਐਮਐਲਏ ਰਹੇ ਆ, ਇਹਨਾਂ ਨੇ ਨਿਰਪੱਖ ਸੇਵਾ ਕੀਤੀ ਆ, ਔਰ ਅੱਜ ਤੱਕ ਮੰਗਿਆ ਕੁਛ ਨਹੀਂ। ਵੱਡੀ ਗੱਲ ਸਾਡਾ ਜਿੰਨੇ ਵੀ ਸਾਡੇ ਨਾਲ ਸਾਥੀ ਤੁਰੇ ਸੀ ਸਾਰੇ ਮਿਲ ਗਏ ਆ, ਨਾ ਕਿਸੇ ਪੜਿਆ ਤੇ ਨਾ ਮੰਗਿਆ ਨਾ ਮਿਲਿਆ ਹੀ ਆ। ਗੁਰੂ ਕਿਰਪਾ ਕਰੇ ਇਤਨਾ ਦਾ ਸੰਤੋਖ ਇਸ ਸਕੀਮ ਚ ਬਣਿਆ ਰਹੇ। ਸਰਦਾਰ ਸੁਖਚੈਨ ਸਿੰਘ ਜਲ ਜਾਣਾ ਜਿੱਥੇ ਪਰਿਵਾਰ ਨੂੰ ਘਾਟਾ ਵਾ, ਸਾਡੇ ਸਤਿਕਾਰਯੋਗ ਮਾਤਾ ਜੀ ਨੂੰ ਘਾਟਾ ਵਾ, ਬੱਚਿਆਂ ਨੂੰ ਘਾਟਾ ਵਾ, ਉੱਥੇ ਸਮਾਜ ਨੂੰ ਵੀ ਘਾਟਾ ਵਾ। ਔਰ ਮੈਂ ਸਾਰੇ ਭਰਾਵਾਂ ਨੂੰ ਭਰਾਵਾਂ ਦੇ ਕਰਕੇ ਪਰਮਾਤਮਾ ਦੇ ਜ਼ਰੀਏ ਜੇ ਸਾਹਿਬ ਬੁੱਢਾ ਸਿੰਘ ਨੂੰ ਇਹ ਆਪਣਾ ਬੇਨਤੀ ਕਰਦਾ ਵਾ ਕਿ ਜਿਹੜੇ ਸਾਹਿਬ ਸੁਖਚੈਨ ਸਿੰਘ ਜੀ ਸਾਨੂੰ ਛੱਡ ਕੇ ਸਵੇਰ ਨੂੰ ਕਰਕੇ ਚਲੇ ਗਏ ਨੇ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਲਈ ਤੁਸੀਂ ਜਿਹੜਾ ਸਮਾਜ ਸੇਵਾ ਦਾ ਕੰਮ ਕਰਦੇ ਜੇ ਉਹ ਨਿਰੰਤਰ ਜਾਰੀ ਰੱਖਿਓ। ਇਹਨਾਂ ਤੁਸੀਂ ਬਜ਼ੁਰਗ ਚਲ ਗਿਆ, ਮੈਨੂੰ ਘਰ ਬਹਿਣਾ ਪੈਂਦਾ ਵਾ, ਘਰ ਦਾ ਵੀ ਵੇਖਣਾ ਵਾ, ਪਰ ਜਿਹੜੀ ਸਮਾਜ ਸੇਵਾ ਸਾਡੇ ਜੁਗੇ ਜਦੋਂ ਉਹ ਘਰੋਂ ਬੰਦਾ ਉੱਠ ਕੇ ਆਉਂਦਾ ਨਾ, ਕਿਸੇ ਦੇ ਘਰ ਜਾਣਾ ਬੜਾ ਔਖਾ ਹੁੰਦਾ, ਮੈਨੂੰ ਆਹ ਤਕਲੀਫ ਲੈ ਕੇ ਕੂਹਾ ਕਟਵਾਉਣਾ ਬੜਾ ਔਖਾ ਹੁੰਦਾ। ਇਹ ਵੀ ਗੁਰੂ ਕਿਰਪਾ ਕਰਦਾ ਵਾ, ਤੁਹਾਨੂੰ ਇਹਨਾਂ ਮਨ ਬਖਸ਼ਦਾ ਵਾ, ਤੁਹਾਡੇ ਤੇ ਇੰਨੀ ਬਖਸ਼ਿਸ਼ ਕਰਦਾ ਵਾ ਕਿ ਕੋਈ ਬੰਦਾ ਕਹਿੰਦਾ ਕਿੱਥੇ ਚੱਲੀਏ ਜੀ, ਆਰ ਸਾਹਿਬ ਕੋਲ ਜਾਂਦੇ ਹਾਂ ਮਸਲਾ ਹੋ ਜੂਗਾ, ਸਾਹਿਬ ਅਜੀਤ ਸਿੰਘ ਕੋਲ ਜਾਂਦੇ ਮਸਲਾ ਨਾ ਹੋ ਜੂਗਾ। ਇਸ ਤਰ੍ਹਾਂ ਦੀ ਜਿਹੜੀ ਬਖਸ਼ਿਸ਼ ਹੈ ਵੀ ਪਰਮਾਤਮਾ ਕਰਦਾ, ਗੁਰੂ ਕਿਰਪਾ ਕਰੇ ਉਹਨਾਂ ਦੇ ਜਿਹੜੇ ਕੀਤੇ ਕੰਮ ਹੈ ਉਹਨਾਂ ਦਾ ਕਰਕੇ ਉਹਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਤੇ ਮੈਂ ਬੇਨਤੀ ਕਰਦਾ ਵਾ, ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸੀ, ਮੈਂ ਪੁੱਛਿਆ ਨਹੀਂ ਰਹਿ ਜਾਏ ਰੱਜ ਨਾਲ ਕੋਈ ਜੀ ਲਿਆ, ਕੋਈ ਰੱਜ ਕੇ ਜੀਦਾ ਨਹੀਂ, ਤੇ ਨਾ ਰੱਜ ਕੇ ਕੋਈ ਮੰਜ਼ਿਲ ਨਹੀਂ ਪਹੁੰਚਦਾ। ਮੈਨੂੰ ਕੋਈ ਇਹ ਨਹੀਂ ਕਹਿੰਦਾ ਵੀ ਮੈਨੂੰ ਮੰਜ਼ਿਲ ਮਿਲ ਗਈ ਹੈ, ਪਰ ਇਹ ਯਾਰ ਮੇਰੇ ਕੋਲ ਜੀ ਅੱਜ ਲੱਗ ਗਈ ਤੇ ਮੇਰੇ ਕੋਲ ਦੁਆਰ ਚਾਹੀਦਾ, ਅੱਜ ਮੇਰੇ ਕੋਲ ਦੋ ਬੜੀਆਂ ਮੇਰੇ ਕੋਲ ਚਾਰ ਚਾਹੀਦੇ, ਸ਼ਬਦ ਭਾਈ ਦਾ ਬੜਾ ਵਧੀਆ ਸ਼ਬਦ ਸਾਰੇ ਵਧੀਆ, ਜਿਹੜੇ ਸਾਨੂੰ ਸਮਝ ਲੱਗ ਗਏ ਵਧੀਆ ਲੱਗਦੇ ਆ, ਬੜਾ ਵਧੀਆ ਸ਼ਬਦ ਜਿਹੜਾ ਸਾਨੂੰ ਸਮਝ ਲੱਗਾ। ਅਖੀਰ ਦੋ ਲਾਈਨਾਂ ਲਿਆ ਕੇ ਹੁੰਦੀਆਂ, ਰੱਜ ਨਾ ਕੋਈ ਜੀਵਿਆ ਤੇ ਅੱਗੇ ਉਹਦੀ ਤੁਲਸੀ ਵੀ ਜਿਹੜਾ ਨਾ ਰੱਜ ਨਾ ਕੋਈ ਪਹੁੰਚਿਆ, ਆਪਣੀ ਮੰਜ਼ਿਲ ਤੇ ਕੋਈ ਨਹੀਂ ਪਹੁੰਚਦਾ, ਹਰ ਬੰਦੇ ਦੀ ਦਸਿਆ ਲੱਗੀ ਰਹਿੰਦੀ ਹੈ। ਗੁਰੂ ਕਿਰਪਾ ਕਰੇ ਇਸ ਸਾਰੀ ਟੀਮ ਨੂੰ ਪਰਿਵਾਰ ਨੂੰ ਸੰਤੋਖ ਬਖਸ਼ੇ। ਉਹ ਸਾਨੂੰ ਅੱਜ ਛੱਡ ਕੇ ਚਲੇ ਗਏ ਨੇ, ਮਾਣੀ ਜਗ੍ਹਾ ਕਹਿ ਤੇ ਕਬੀਰ ਤੁਹਾਨੂੰ ਇਹ ਸੰਤੋ ਇਹ ਜੀ ਕਰਨ ਮੇਰਾ ਅੱਗੀ ਵਾਰ ਬਖਸ਼ ਬੰਦੇ ਨੂੰ ਬਹੁਤਾ ਭਗਤ ਫੇਰਾ। ਇਹ ਸਾਰੀ ਸੰਗਤ ਦੀ ਅਰਦਾਸ ਸਦਕਾ ਸਰਦਾਰ ਸੁਖਚੈਨ ਸਿੰਘ ਮਾਨ ਜੀ ਨੂੰ ਪਰਮਾਤਮਾ ਜੀ ਦਾ ਗੁਰੂ ਜੀ
अपने चरणों में नवास बख्शियो इन्हें बेनती करता करना चाहती है जो मेरे को भजन हो गया या किसी ना चंगा लग गया उसे दोबारा करना चाहती हूँ। वाहेगुरु जी का खालसा वाहेगुरु जी की फतेह। बहुत धन्यवाद जहरवार जगनजीत सिंह जो जाते हैं पानी सुनिया प्रधान श्रोमणी अकाली दल जूथ मौ सरकार जी जहरदार कश्मीर सिंह जी गुरुगुरु जी सरपंच प्रभजीत सिंह जी बबा जी माता सरदीप सिंह जी दलजीत सिंह जी बलजीत सिंह जी सारे सरकार जो ने बेनती करते हैं जहरदार बलजीत सिंह जी जंडारा गुरु तो सबका गायक धरना बाबा बकारा का श्रोमणी गुरुद्वारा प्रबंधक कमेटी के मैंबर साहबान जहरदार बलजीत सिंह जी की तलाश में छेवें पातशाह साहब श्री गुरु हरगोबिंद साहब जी के फिर दरबार से सतगुरु जी के पिता के दशहरे के पत्र हुए उनको साफ सारी फतेहता जी का नाम वाहिगुरु जी का खालसा वाहिगुरु जी की फतेह। पहले तो पहला जिसे साधे साथियों ने शादा के फल भेंट किए उस सरदार गुरजा सिंह ने ਪਿਤਾ ਜੀ ਪਟੋਕਰ ਬਾਰੇ ਬੜੇ ਵਿਸਥਾਰ ਨਾਲ ਦੱਸਿਆ। ਉਸ ਦਾ ਮੁੰਡਾ ਸਿੰਘ ਦੇ ਪਾਠੀ ਦੀ ਵਫਾਦਾਰੀ ਬਾਰੇ ਵੀਰ ਗਗਨਜੀਤ ਸਿੰਘ ਜੱਜ ਨੇ ਉਹ ਵੀ ਦੱਸਿਆ ਕਿ ਕਿਵੇਂ ਕਿ ਦਰਬਾਰ ਨਦਾਲਕ ਦਰਬਾਰ ਜਦੋਂ ਕਿਤੇ ਵਕਤ ਪੈਂਦਾ ਪਾਠੀ ਨੂੰ ਕਿਤੇ ਹੁਕਮ ਹੁੰਦਾ ਪਾਠੀ ਦਾ ਅੱਧੇ ਸਲਾਹ ਕੇ ਉਹਦੀ ਗੱਲ ਦਾ ਉਹਨੂੰ ਵੀ ਲੋੜ ਨਹੀਂ ਸੁਰਾਜ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਦੇ ਕੁੱਲ ਕਰਕਤ ਹੈ ਪੁਰਾਣੇ ਜਥੇਦਾਰ ਜੀ ਮੁੰਡੇ ਲਾਏ ਕਹਿਦਾ ਭਾਰ ਸਰਦਾਰ ਜੀਵਨ ਸਿੰਘ ਜੀਵਨਾ ਨਗਰ ਉਹਨਾਂ ਦੇ ਮੁੰਡੇ ਲਾਏ ਸਰਦਾਰ ਸਤਿਆਨ ਸਿੰਘ ਜੀ ਔਰ ਸਰਦਾਰ ਸਤਿਆਨ ਸਿੰਘ ਜੀ ਗੁਰਜੀ ਮਿਲੀ ਉਹਨਾਂ ਦੇ ਹੋਰ ਖਾਸ ਪੁੱਤਰ ਨੂੰ ਮੋਟਾ ਸਿੰਘ ਜੀ ਨੂੰ ਜਿਹਨਾਂ ਨੇ ਸਾਥ ਦਿੱਤਾ ਸਰਦਾਰ ਜਗਨਜੀਤ ਸਿੰਘ ਜਾਜੀ ਦਾ ਜਿਹਨਾਂ ਨੇ ਹੁਜਾ ਸਮਝਿਆ ਕਿ ਅਸੀਂ ਉਸ ਨਦਾਲਕ ਦਰਿਆ ਨੂੰ ਇਸ ਇਲਾਕੇ ਨੂੰ ਲੱਭ ਕੇ ਸੰਗਤ ਦੀ ਸੇਵਾ ਲੈ ਕੇ ਜਾਣਾ ਹੈ। ਸਰਦਾਰ ਗੁਰਦਾਸ ਸਿੰਘ ਦੇ ਵਿੱਚ ਪਾਰਟੀ ਦੀ ਗੱਲ ਕਰ ਲਈਏ ਜਾਂ ਸਾਡੀ ਕਿਤੇ ਜਾਣੇ ਦੀ ਗੱਲ ਕਰ ਲਈਏ ਮੈਨੂੰ ਜਿਹੜੇ ਦਾਦ ਹੈ ਕਿਤੇ ਤੋਂ ਮੇਰੇ ਤੇ ਵੀ ਕੋਈ ਵਕਤ ਪਿਆ ਸੀ ਔਰ ਮੈਨੂੰ ਇਹਨਾਂ ਨੇ ਉਸ ਵਕਤ ਦੇ ਵਿੱਚ ਸਿਰ ਚ ਸਰਦਾਰਾਂ ਦਾ ਜੋ ਤੁਸੀਂ
ਉਦੋਂ ਤੱਕ ਜਾਣਾ ਪਵੇ, ਆਪਣੀਆਂ ਗੱਡੀਆਂ ਲੈ ਕੇ ਜਾਣਾ ਪਵੇ, ਚਾਹੇ ਕਿਤੇ ਕੋਈ ਜਿੰਮੀ ਇਲੈਕਸ਼ਨ ਆ ਗਈ ਉੱਥੇ ਜਾਣਾ ਪਵੇ, ਇਹ ਟੀਮ ਉੱਥੇ ਜਾਂਦੀ ਰਹੀ। ਸੋ ਮਾਂ ਕਿ ਪਤਾ ਸੱਚਾਈ ਹੈ ਜਿਹੜੀ ਹਰੇ ਸਾਹ ਆਉਣੀ ਹੈ, ਸਾਹ ਆਵੇ ਕਿ ਨਾ ਆਵੇ, ਰਾਮ ਇਹ ਵੀ ਪਰਮੇਸ਼ਰ ਨੇ ਲਿਖਿਆ। ਔਰ ਕਪਲ ਨੂੰ ਸਾਵਣਾ ਸ਼ਬਦ ਗੁੜੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਇਹ ਸੰਸਾਰੀ ਕੀਤਾ ਹੈ ਜੋ ਸਾਰੀਆਂ ਅਸੀਂ ਆਪਣੀਆਂ ਭੋਗ ਕੇ ਚਲੇ ਜਾਣਾ। ਭਾਵੇਂ ਵੱਡੀਆਂ ਵੱਡੀਆਂ ਕੋਠੀਆਂ ਬਣਾ ਲਈਏ, ਵੱਡੇ ਵੱਡੇ ਬੱਬੇ ਲੈ ਲਈਏ, ਹੁਣੇ ਹੀ ਦਫ਼ਤਰ ਤੇ ਗਏ ਸੀ ਵੀਰ ਪੂਰਨ ਸਿੰਘ ਜੀ ਕਿ ਅਸੀਂ ਸਭ ਕੁਛ ਛੱਡ ਜਾਣਾ, ਸਿਕੰਦਰ ਬਾਦਸ਼ਾਹ ਅੱਗੇ ਵੀ ਸਭ ਕੁਛ ਛੱਡ ਕੇ ਚੰਗੇ ਤੇ ਖਾਲੀ ਹੱਥ ਆਏ ਔਰ ਖਾਲੀ ਹੱਥ ਚਲੇ ਜਾਣਾ। ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੜੀ ਦੇਰ ਦੇ ਵਿੱਚ ਬੈਠੇ ਤੇ ਕਿ ਰਿਸ਼ਤੇਦਾਰ ਵਿੱਚ ਮੌਤ ਹੋ ਗਈ, ਮੈਂ ਉੱਥੇ ਵੀ ਜਾਣਾ, ਇਸ ਕਰਕੇ ਤੁਹਾਡੇ ਕੋਲ ਮਾਫ਼ੀ ਚਾਹੁੰਦਾ। ਔਰ ਸ਼ਰਧਾ ਦੇ ਫੁੱਲ ਭੇਟ ਕਰਦਾ ਆਪਣੇ ਮਹਾਨ ਬਜ਼ੁਰਗ ਦਾਸ ਚੈਨ ਸਿੰਘ ਜੀ ਨੂੰ ਕਿ ਵਾਹਿਗੁਰੂ ਕਿਰਪਾ ਕਰ ਉਹਨਾਂ ਨੂੰ ਆਪਣੇ ਜਗ੍ਹਾ ਦੁਆ ਕੋਸ਼ਿਸ਼ ਕਰਨ। ਪਿੱਛੋਂ ਕਿ ਜੋ ਗੁਰਵਾਲੀ ਹੈ ਸਰਦਾਰ ਬੂਟਾ ਸਿੰਘ ਜੀ ਜਿਹੜੇ ਹਮੇਸ਼ਾ ਹੀ ਤਖਪਾ ਦਿੰਦੇ, ਪਾਰਟੀ ਇਹਦੇ ਸੇਵਾ ਕਰਦੇ ਰਹਿਣ ਔਰ ਆਪਣੇ ਪਿਤਾ ਦੇ ਵਾਹਿਗੁਰੂ ਬੂਟਿਆਂ ਦੇ ਚਰਨ ਦਾ ਪਰਮਾਤਮਾ ਵੱਲ ਮਸ਼ਹੂਰ ਕਰੇ ਔਰ ਇੰਨੀ ਬੁੱਧੀ ਮਸ਼ਹੂਰ ਕਰੇ ਪਰਮਾਤਮਾ
ਕਿ ਜਿਹੜੀ ਉਹਨਾਂ ਦੀ ਪਿਤਾ ਦੀ ਜੋ ਸੱਤ ਬੰਦੀ ਹੈ ਜੋ ਘਾਟਾ ਵਾ ਉਹਨੂੰ ਵੀ ਪਰਮਾਤਮਾ ਜੋ ਹੋ ਗਿਆ ਸੀ ਇਹਨਾਂ ਪਿਆਰ ਸੇਵਾ ਜੋ ਇਹਨਾਂ ਦੇ ਕਿਉਂਕਿ ਜਦੋਂ ਪਿਤਾ ਜਾਂਦਾ ਹੈ ਉਦੋਂ ਸਾਰਾ ਜਿਹੜਾ ਭਾਰ ਉਹਦੇ ਵੱਡੇ ਬੇਟੇ 'ਤੇ ਪੈਂਦਾ ਹੈ ਸੋ ਇਹ ਅੱਜ ਸਾਰਾ ਹੀ ਭਾਵੇਂ ਦੋ ਭਰਾ ਵਾ ਪਰਿਵਾਰ ਹੋਰ ਵੀ ਆ ਭਾਵੇਂ ਰਿਸ਼ਤਾਰ ਗੁਰਦਾ ਸਿੰਘ ਦੇ ਸਿਰ 'ਤੇ ਅੱਜ ਦਸਤਾਰ ਸੰਤਰੀ ਜਾਂ ਜੁੰਮੇਵਾਰੀ ਦੀ ਉਹ ਅੱਜ ਤੋਂ ਸ਼ੁਰੂ ਹੋਣੀ ਪਹਿਲਾਂ ਭਾਵੇਂ ਦਿਨ ਹੋਵੇ ਰਾਤ ਹੋਵੇ ਬੂਟਾ ਸਿੰਘ ਸਾਨੂੰ ਪਤਾ ਨਹੀਂ ਹੁੰਦਾ ਭਾਵੇਂ ਰਾਤ ਮਾਰਾ ਹੋਵੇ ਦਾਦਿਆਂ ਦਾ ਪਾਣੀ ਉਹ ਹਾਜ਼ਰ ਨਹੀਂ ਦੇ ਸਨ ਸੋ ਮੈਂ ਅੱਜ ਦਾ ਵੀਰ ਬੇਨਤੀ ਕਰਦਾ ਕਿ ਜੁੰਮੇਵਾਰੀ ਨੂੰ ਸੰਭਾਲਣਾ ਔਰ ਪਾਠ ਦੀ ਸੇਵਾ ਉਹ ਤਪਾ ਹੋ ਕੇ ਕਰਨੀ ਹੈ ਜ਼ਿਆਦਾ ਸਮਾਂ ਮਾਲੇ ਪਾਸ ਫਤਿਹ ਸਾਹਿਬ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਦੇ ਹਾਂ ਹਰਦਾਸ ਬਾਬਾ ਪਟਾਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਚਾਰ ਸਾਹਿਬ ਤੇ ਸਾਬਕਾ ਵਿਧਾਇਕ ਜਹੇਦਾਰ ਮਨਕੀਤ ਸਿੰਘ ਜੀ ਦਿਆ ਸਾਹਿਬ ਉਹ ਸਰਦਾਰ ਸੁਰਜੈਤ ਸਿੰਘ ਬਾਦਲ ਸ਼ਰਧਾ ਦੇ ਫੁੱਲ ਭੇਟ ਕਰਨਗੇ ਜੀ ਜਹੇਦਾਰ ਮਨਕੀਤ ਸਿੰਘ ਜੀ ਦਿਆ ਸਾਹਿਬ ਸ਼੍ਰੋਮਣੀ ਅਕਾਲੀ ਦਲ ਹਰਦਾਸ ਬਾਬਾ ਪਟਾਲ ਸਾਹਿਬ ਤੋਂ ਉਚਾਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਦਸੋਏ ਪਵਿੱਤਰ ਗੁਰਦੁਆਰਾ ਸ੍ਰੀ ਮੁਗਲ ਸਾਹਿਬ ਦੇ ਵਿਖੇ ਯੁਗ ਯੁਗ ਅਟਲ ਸਹਿਬੇ ਕੁਮਾਰ ਦੋ ਜਹਾਨੇ ਵਾਲੀ ਵਿਆਸਨਾ ਦੇ ਆਸਰੇ ਨਿਰੋਜਨ ਦੀ ਔਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਾਧ ਸੰਗਤ ਦੇ ਰੂਪ ਵਿੱਚ ਕੱਟੇ ਸਤਿਕਾਰਯੋਗ ਵੀਰੋ ਭੈਣੋ ਨੌਜਵਾਨੋ ਬੱਚਿਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਖ ਅਜਾਤੀ ਜਗ ਨਾ ਹੋਈ ਫਿਰ ਰਿਹਾ ਤੇ ਮਾਂ ਬਹਾਦਰ ਸਾਹਿਬ ਸਾਡੇ ਸਤਿਕਾਰਯੋਗ ਸਰਦਾਰ ਸੁਖਚੈਨ ਜੀ ਨੂੰ ਸਵਾਸਾਂ ਦੀ ਜੋ ਪੂਜੀ ਪਰਮਾਤਮਾ ਪਾਸ ਤੋਂ ਲੈ ਕੇ ਆਏ ਸਨ ਉਹ ਭੋਗ ਕੇ ਚਲੇ ਗਏ ਪਰ ਪਿੱਛੇ ਸਾਡੀਆਂ ਜ਼ਿੰਦਗੀ ਭਰ ਦੀਆਂ ਕੀਤੀਆਂ ਕਾਰਨਾਮਾ ਦਾ ਬਹੁਤ ਵੱਡਾ ਪਟਾਰਾ ਮੌਤ ਇੱਕ ਅਟਲ ਸੱਚਾਈ ਹੈ ਜਿਸ ਤੋਂ ਮਨੁੱਖ ਨਹੀਂ ਹੋਇਆ ਜਾ ਸਕਦਾ ਉਹ ਕਦੋਂ ਕਿਸ ਵੇਲੇ ਕਿਸ ਘੜੀ ਕਿਸ ਪਲ ਕਿੱਥੇ ਆ ਜਾਵੇ ਅੱਜ ਤੱਕ ਕਿਸੇ ਨੂੰ ਥੋੜ੍ਹਾ ਪਤਾ ਨਹੀਂ ਚੱਲਿਆ ਪਰ ਜੋ ਮਨੁੱਖ ਸਮਾਜ ਵਿੱਚ ਆ ਕੇ ਸਮਾਜ ਲਈ ਦੇਸ਼ ਲਈ ਕੌਮ ਲਈ ਕੋਈ ਚੰਗੀਆਂ ਗੱਲਾਂ ਕੋਈ ਵਧੀਆ ਗੱਲਾਂ ਕੋਈ ਨਵੀਆਂ ਕਾਰਾਂ ਕੋਈ ਨਵੇਂ ਦੇਸ਼ ਸੱਦੇ ਤੇ ਖਰਾਬ ਕੇ ਚਲੇ ਜਾਵੇ ਤੇ ਫਿਰ ਦੁਨੀਆਂ ਇਸੇ ਤਰ੍ਹਾਂ ਯਾਦ ਕਰਦੀ ਹੈ ਜਿਵੇਂ ਅੱਜ ਦਾ ਇਕੱਠ ਤੇ ਇਕੱਠ ਵਿੱਚ ਆਈਆਂ ਇਲਾਕੇ ਦੀਆਂ ਮਹਾਨ ਪੰਥਕ ਸਮਾਜਕ ਸ਼ਖਸੀਅਤਾਂ ਜਦੋਂ ਵੀ ਕੋਈ ਮਨੁੱਖ ਪਰਲੋਕ ਗਮਨ ਕਰਦਾ ਹੈ ਜਿੱਥੇ ਉਸਦੇ ਧਰਮ ਅਨੁਸਾਰ ਅਧਿਕਰਮਾਂ ਰਸਤਾ ਅੰਤਮ ਕਿਰਿਆਕਰਮ ਕੀਤਾ ਜਾਂਦਾ ਹੈ ਜਿਵੇਂ ਸਰਦਾਰ ਸੁਖਚੈਨ ਸਿੰਘ ਜੀ ਸਿੱਖ ਧਰਮ ਨਾਲ ਸੰਬੰਧਿਤ ਸੀ ਪਰਸੋਂ ਰੋਜ਼ ਤੋਂ ਖੰਡ ਪਾਠ ਰੱਖੇ ਗਏ ਅੱਜ ਭੋਗ ਪਾਏ ਗਏ ਤੱਕ ਇੱਥੇ ਗੁਰੂ ਘਰ ਵਿੱਚ ਰਾਗੀ ਸਿੰਘਾਂ ਨੇ ਗੁਰੂ ਦਾ ਜਸ ਗਾਇਆ ਮੇਰੇ ਤੋਂ ਕਈ ਲੋਕ ਬੁਲਾ ਰਿਹਾ ਨੇ ਸਰਦਾਰ ਸੁਖਚੈਨ ਸਿੰਘ ਜੀ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਬੱਚਿਆਂ ਬਾਰੇ ਉਹਨਾਂ ਦੇ ਪਿਛੋਕੜ ਬਾਰੇ ਬਹੁਤ ਵੇਰਵੇ ਨਾਲ ਦੱਸਿਆ ਮੈਨੂੰ ਆਏ ਨੂੰ ਇੱਥੇ ਲਗਭਗ 1.5 ਸਾਲ ਹੀ ਹੋਇਆ ਤੇ ਮੈਂ 1.5 ਸਾਲ ਦੇ ਵਿੱਚ ਸਰਦਾਰ ਸੁਖਚੈਨ ਸਿੰਘ ਵਾਲਾ ਦਾ ਪਿਆਰ ਜਿਹੜਾ ਉਹਨਾਂ ਨੇ ਪੰਥਕ ਸਭਾ ਦੇ ਵਿੱਚ ਜੋ ਖਿਲਾਇਆ ਆਪਣੇ ਬੱਚਿਆਂ ਨੇ ਉਹਨਾਂ ਦਾ ਹੋਰ ਹਾਲ ਬੇਟਾ ਜਿੱਥੇ ਕੈਨੇਡਾ ਦੇ ਵਿੱਚ 8 ਬੇਟੀ ਦੇ ਲਈ ਉਹ ਗਿਆ ਹੈ ਤੇ ਉੱਥੇ ਆਪਣਾ ਨਾਮ ਜਿਹੜਾ ਉਹ ਕੱਢਿਆ ਹੈ ਉੱਥੇ ਸਰਦਾਰ ਮੁੰਡਾ ਸਿੰਘ ਸਾਡੇ ਨਾਲ ਰਾਤ ਹੀ ਨਿਕਲ ਕੇ ਪੰਥਕ ਸਭਾ ਦੇ ਵਿੱਚ ਜੁੜਿਆ ਹੋਇਆ ਇੱਕ ਚਮਕ ਦਾ ਸਿਤਾਰਾ ਹੈ 1.5 ਸਾਲ ਦਾ ਸਮਾਂ ਐਦਾਂ ਹੈ ਕਿ ਜਿਵੇਂ
ਉਹਨਾਂ ਦਾ ਪਿਆਰ ਮੁਹੱਬਤ ਮਲਾਹੜਾ ਸੁਭਾਅ ਇੱਕ ਪਿਆਰ ਦੀਆਂ ਤੰਦਾਂ ਜਿਹੜੀਆਂ ਇੰਨੀਆਂ ਮਿੱਟੀਆਂ ਉਹਨਾਂ ਨੇ ਕਰ ਦਿੱਤੀਆਂ ਨੇ ਡੇਢ ਸਾਲ ਦੇ ਵਿੱਚ ਕਿ ਮੈਨੂੰ ਏਦਾਂ ਲੱਗਦਾ ਹੈ ਕਿ ਜਿਵੇਂ ਉਹ ਮੇਰੇ ਬਚਪਨ ਦੇ ਨਾਲ ਸਾਥੀ ਇਹ ਬਚਪਨ ਦਾ ਸਾਥੀ ਉਹ ਜਿਹਨੂੰ ਲੰਗੋਟੀਆ ਯਾਰ ਵੀ ਕਹਿ ਲੈਂਦਾ ਤੇ ਸ਼੍ਰੋਮਣੀ ਅਕਾਲੀ ਦਲ ਵੀ ਹਰ ਜਦੋਂ ਜਦ ਵਿੱਚ ਮਿਲਣਾ ਡੇਢ ਸਾਲ ਦੇ ਵਿੱਚ ਇੰਨਾ ਲੰਮਾ ਸਾਥ ਦਿੰਦਾ ਅੱਜ ਜਿੰਨੀਆਂ ਮਰਜ਼ੀ ਵੱਧ ਕਰਕੇ ਗੱਲਾਂ ਕੀਤੀਆਂ ਜਾਣ ਸਮੇਂ ਨੇ ਹਾਲਾਤ ਨੇ ਕਰਵਟ ਬਦਲੀ ਹੈ ਕਰਵਟ ਬਦਲਦਿਆਂ ਕਈ ਕੁਝ ਬਦਲਿਆ ਸਾਡੇ ਹੀ ਬੱਚੇ ਆਪ ਪਾਰਟੀ ਦੇ ਉਹ ਕ੍ਰਿਸ਼ਨਾ ਜਾਲ ਦੇ ਵਿੱਚ ਫਸੇ ਸਨ ਉਧਰ ਚਲੇ ਗਏ ਸਨ ਪਰ ਇਹ ਪਰਿਵਾਰ ਜਿਹੜਾ ਸੀ ਇਹਦੇ ਇਲਾਕੇ ਦੇ ਵਿੱਚ ਉਹ ਕ੍ਰਿਸ਼ਨਾ ਜਾਲ ਫੈਲਣ ਨਹੀਂ ਦਿੱਤਾ ਜੁੜ ਕੇ ਰੱਖਿਆ ਅਕਾਲੀ ਦਲ ਦੇ ਨਾਲ ਉਹ ਸਾਰਿਆਂ ਨੂੰ ਤੇ ਐਵੇਂ ਨਹੀਂ ਇਹ ਇਕੱਠ ਵੀ ਇੱਦਾਂ ਹੋਏ ਤੇ ਇਹ ਸਾਰੀ ਦੀ ਸਾਰੀ ਜਿਹੜੀ ਦੇਣ ਹੈ ਉਹ ਸਰਦਾਰ ਸੁਖਸੈਨ ਸਿੰਘ ਜੀ ਸਾਡੇ ਸਤਿਕਾਰ ਯੋਗ ਜਿਨ੍ਹਾਂ ਨੇ ਉਹਨਾਂ ਨੂੰ ਪੜਾ ਲਿਖਾ ਕੇ ਸਿੱਖਿਆ ਵਧੀਆ ਦੇ ਕੇ ਤੇ ਪੰਥਕ ਸਭਾ ਦੇ ਵਿੱਚ ਸਮਾਜਿਕ ਸਭਾ ਦੇ ਵਿੱਚ ਪਿਆਰ ਕਰਨਾ ਦੀਨ ਦੁਖੀਆਂ ਦੀ ਸੇਵਾ ਕਰਨਾ ਤੇ ਅੱਜ ਦਾ ਜਿਹੜਾ ਸਾਰਿਆਂ ਤੋਂ ਪਰਮਿਕ ਟਾਪਿਕ ਆਪਣਾ ਸਾਰਿਆਂ ਦੇ ਵਿੱਚ ਚੱਲ ਰਿਹਾ ਹੈ ਉਹ ਇਹ ਨਸ਼ਿਆਂ ਦੇ ਵਿਰੁੱਧ ਗੱਲ ਕਰਨੀ ਨਸ਼ਿਆਂ ਦੀ ਰੋਕਥਾਮ ਕਰਨੀ ਤੇ ਨਸ਼ਿਆਂ ਦੀ ਰੋਕਥਾਮ ਦੀ ਜੋ ਗੱਲ ਕਰੀਏ ਤੇ ਫਿਰ ਤੌਰ ਤਰੀਕੇ ਵਰਤਣੇ ਪੈਂਦੇ ਆ ਨਸ਼ਿਆਂ ਦੇ ਰੋਕਥਾਮ ਦੇ ਤੇ ਇੱਕ ਚੰਗਾ ਸਾਊਂਡ ਮਾਈਂਡ ਇੱਕ ਸਾਊਂਡ ਬੋਡੀ ਇੱਕ ਚੰਗਾ ਜਿਹੜਾ ਦਿਮਾਗ ਆ ਉਹ ਵਧੀਆ ਸਰੀਰ ਦੇ ਵਿੱਚ ਹੀ ਪਾਇਆ ਜਾ ਸਕਦਾ ਤੇ ਮੈਂ ਵੇਖਿਆ ਕਿ ਕਿਵੇਂ ਸਰਦਾਰ ਬੂਟਾ ਸਿੰਘ ਵਰੀ ਆਪਣੇ ਸਾਥੀਆਂ ਨਾਲ ਰਲ ਕੇ ਅਭਿਨੀ ਗੁਰਨਾਮ ਕੌਰ ਵੀ ਇੱਥੇ ਬੈਠੀ ਹੈ ਇਹਨੇ ਵੀ ਜਿੱਥੇ ਉਹ ਟੀਚਰ ਨੇ ਵਧੀਆ ਪੜ੍ਹਾਈ ਇੱਥੇ ਸਿੱਖਿਆਲੇ ਦੇ ਵਿੱਚ ਕਰਾ ਰਹੇ ਨੇ ਉੱਥੇ ਬੱਚੀਆਂ ਨੂੰ ਉਹ ਵਧੀਆ ਢੰਗ ਦੀ ਸਰੀਰਕ ਕਸਰਤ ਕਰਾ ਕੇ ਤੇ ਸਰਵ ਨਮਸਤੇ ਲਈ ਵੀ ਉਹਨਾਂ ਨੂੰ ਤਿਆਰ ਕਰਦੇ ਨੇ ਆਪਾਂ ਦੇਖਿਆ ਕਿ ਕਿਵੇਂ ਸਾਡੇ ਇੱਕ ਇਹ ਵੀ ਰਾਮ ਜਿਹੜੀ ਹੈ ਪੂਰੀ ਹੋਈ ਆ ਕਿ ਕਿਵੇਂ ਬੱਚਿਆਂ ਨੂੰ 6 ਸਾਲ ਦੀ ਗੱਲਾਂ ਤੁਸੀਂ ਆਪਾਂ ਦੇਖ ਕੇ ਆ ਲਿਆ ਉਹਨਾਂ ਨੂੰ ਉਹਦੇ ਲਈ ਵੀ ਤਿਆਰ ਕਰਦੇ ਨੇ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਸਰਦਾਰ ਬੂਟਾ ਸਿੰਘ ਜੀ ਹਰ ਵੇਲੇ ਆ ਮੇਲੇ ਹੁੰਦੇ ਹੀ ਤੇ 4 ਟੂਰਨਾਮੈਂਟ ਇੱਥੇ ਉਹਨਾਂ ਨੇ ਜਦੋਂ ਕਰਦੇ ਨੇ ਬੱਚੀਆਂ ਦੇ ਬੱਚਿਆਂ ਦੇ ਕਰਾ ਕੇ ਸੋ ਇਹੋ ਜਿਹੀ ਸੋਚ ਵੀ ਜਿੱਥੇ ਪੱਤਕ ਸੋਚ ਹੈ ਉੱਥੇ ਸਮਾਜਿਕ ਸੋਚ ਵੀ ਹੈ ਕਿ ਕਿਵੇਂ ਅਸੀਂ ਸਮਾਜਿਕ ਬੁਰਾਈਆਂ ਤੋਂ ਬੱਚਿਆਂ ਨੂੰ ਦੂਰ ਰੱਖਣਾ ਆਪਣੇ ਸਮਾਜ ਨੂੰ ਦੂਰ ਰੱਖਣਾ ਸੋ ਮੈਂ ਬਹੁਤਾ ਸਮਾਂ ਨਾ ਲਵਾਂ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਗਰਮੀ ਵੀ ਬਹੁਤ ਹੈ ਮੈਂ ਇੰਨਾ ਹੀ ਸ਼ਬਦਾਂ ਨਾਲ ਮੈਂ ਸਰਦਾਰ ਸੁਖਸੈਨ ਸਿੰਘ ਹੋਰਾਂ ਨੂੰ ਆਪਣੇ ਆਪਣੇ ਪਰਿਵਾਰ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਬਾ ਉਤਾਰਾ ਸਾਹਿਬ ਦੇ ਮੁੱਖ ਸੇਵਾਦਾਰ ਇੰਚਾਰਜ ਹੋਣ ਦੇ ਨਾਤੇ ਸਾਰੇ ਹੀ ਅਹੁਦੇਦਾਰਾਂ ਅਤੇ ਬਰਨਾ ਵੱਲੋਂ ਸ਼ਰਧਾ ਦੇ ਪੁਰਬ ਕਰਦਾ ਹੋਇਆ ਸੰਬੰਧ ਸਾਹਾ ਲਿਖਿਆ ਮਿਲਕਰ ਪਾਓ ਤੇ ਦੇਵ ਸੱਜਣ ਸੀਸੜੀਆਂ ਜੋ ਹੋਏ ਸਾਹਿਬ ਸ਼ੁਰੂ ਹੋਏ ਇਹਨਾਂ ਹੀ ਸ਼ਬਦਾਂ ਨਾਲ ਮੈਂ ਜਿੱਥੇ ਇਹ ਅਗੈ ਦੇਸ ਹੈ ਦਸ ਜਿਹੜਾ ਉੱਥੇ ਚੱਲਣ ਦੇ ਲਈ ਪਰਮਾਤਮਾ ਪਾਸ ਅਰਦਾਸ ਕਰਦਾ ਸਾਨੂੰ ਵੀ ਜਿਹੜਾ ਵਿਛੋੜਾ ਮਿਲਿਆ ਹੈ ਸਾਨੂੰ ਵੀ ਪਤਾ ਕਿ ਸਾਡਾ ਜਿਹੜਾ ਇਹ ਛੋਟਾ ਵੀਰ ਹੈ ਸਾਡੇ ਨਾਲ ਕਿਵੇਂ ਹੁਣ ਜੁੜੇਗਾ ਕਿਵੇਂ ਸਾਡੀਆਂ ਪਤਕ ਸਭਾ ਚੱਲੇਗਾ ਉਹਦੇ ਲਈ ਮੈਂ ਬੇਨਤੀ ਕਰਦਾ ਕਿ ਪਰਮਾਤਮਾ ਇਸ ਪਰਿਵਾਰ ਨੂੰ ਉਹਦੇ ਚੋਂ ਉਭਰਨ ਦਾ ਮਾਰ ਪਾਸੇ ਇਹਨਾਂ ਸ਼ਬਦਾਂ ਨਾਲ ਸ਼ਰਧਾ ਦੇ ਪੁਰ ਪੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਇੰਚਾਰਜ ਜਹੇਦਾਰ ਮਨਜੀਤ ਸਿੰਘ ਜੀ ਦਾ ਸਾਥ ਜਿਨ੍ਹਾਂ ਨੇ ਸਰਦਾਰ ਸੁਖਚੈਨ ਸਿੰਘ ਬਾਦਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਬਹੁਤ ਸਤਿਕਾਰਯੋਗ ਡਾਕਟਰ ਬਿਕਰਮਜੀਤ ਸਿੰਘ ਜੀ ਬਾਲਸਰਾਂ ਕੁਲਵਿੰਦਰ ਸਿੰਘ ਜੀ ਮਾਂ ਜੁੱਤੇ ਜਹੇਦਾਰ ਗਰਮੀਤ ਸਿੰਘ ਜੀ ਧਿਆਨਪੁਰ ਜਿਨ੍ਹਾਂ ਦਾ ਬੂਟਾ ਸਿੰਘ ਦੇ ਨਾਲ ਬਹੁਤ ਪਿਆਰ ਹੈ ਅਤੇ ਗਗਨਜੀਤ ਸਿੰਘ ਜੱਜ ਦੇ ਸਲਾਹਕਾਰ ਹੈ ਉਹਨਾਂ ਨੂੰ ਸਮਾਂ ਨਹੀਂ ਦੇ ਸਕੇ ਬੁਲਾਰੇ ਬਹੁਤ ਤਕੜੇ ਸੀ ਇਸ ਲਈ ਹੋਰ ਵੀ ਬੁਲਾਰੇ ਬਹੁਤ ਸੀ ਬਾਕੀ ਬੁਲਾਰੇ ਤੋਂ ਮਾਫ਼ੀ ਮੰਗਦੇ ਹਾਂ ਜੀ ਅਤੇ ਸਾਧ ਸੰਗਤ ਜੀ ਬੇਨਤੀ ਹੈ ਨਾਨਕਿਆਂ ਦੇ ਪਰਿਵਾਰ ਵੱਲੋਂ ਜੋ ਸਰਦਾਰ ਬੂਟਾ ਸਿੰਘ ਜੀ ਨੂੰ
ਦਸਤਾਰ ਜਿਹੜੀ ਆ ਉਹ ਪਹਿਲਾਂ ਦੀਆ ਜੀ ਉਸ ਤੋਂ ਬਾਅਦ ਇੱਕ ਦਸਤਾਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਹਲਕੇ ਦੇ ਇੰਚਾਰਜ ਜਹੇਦਾਰ ਮਨਦੀਪ ਸਿੰਘ ਜੀ ਏ ਆਰ ਸਾਹਿਬ ਅਤੇ ਉਹਨਾਂ ਦੇ ਨਾਲ ਗਗਨਦੀਪ ਸਿੰਘ ਅਤੇ ਸਮੁੱਚੀ ਟੀਮ, ਦੂਸਰੇ ਨੰਬਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਮੈਂਬਰ ਸਾਹਿਬਾਨ ਕੋਈ ਦਸਤਾਰ ਲੈ ਕੇ ਪਹੁੰਚੇ ਆ ਬੇਨਤੀ ਹੈ ਬੇਨਤੀ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਜੈਕਾਰ ਮਨਦੀਪ ਸਿੰਘ ਜੀ ਆ ਬਲਜੀਤ ਸਿੰਘ ਜੀ ਜਵਾਬ ਸੁਣਾ ਗਗਨਜੀਤ ਸਿੰਘ ਜੀ ਜੱਜ ਅਜੀਤ ਸਿੰਘ ਜੀ ਧਿਆਨਪੁਰ ਸਾਹਿਬ ਪੂਰਨ ਸਿੰਘ ਜੀ ਗਿੱਲ ਅਤੇ ਗਰਮੀਤ ਸਿੰਘ ਜੀ ਧਿਆਨਪੁਰ ਸਰਪੰਚ ਬਲਜੀਤ ਸਿੰਘ ਭੱਟੀ ਜੀ ਗੁਰਮਤ ਸਿੰਘ ਜੀ ਡਾਂਗਰਾ ਜੀ ਉਹਨਾਂ ਬੇਨਤੀ ਅਲੱਗ ਆਇਆ ਹੈ ਸਰਦਾਰ ਜਗਦੀਪ ਸਿੰਘ ਬਲ ਜੀ ਉਹਨਾਂ ਬੇਨਤੀ ਅਲੱਗ ਆਇਆ ਪਹੁੰਚਿਆ ਸਾਰਿਆਂ ਨੂੰ ਜੀ ਆਇਆਂ ਪਿਆਰੀ ਬਾਤ ਮੰਗ ਲਿਓ।